ਗੁਰੂ ਸਾਹਿਬ ਜੀ ਹਰ ਯੁਗ ਯੁਗ ਭਗਤ ਉਪਾਇਆ ਪਹਿਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਉਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤ ਬਲ ਜਨਮ ਜਨਮ ਦੀ ਸਜਨ ਸੱਚਾ ਪਾਤ ਸਿਰ ਸਾਹਾਂ ਸਾ ਜਿਸ ਪਾਸ ਬੈਠਿਆ ਸੋ ਸਭਨਾ ਦਾ ਵੇਸ ਜਿਸ ਪਾਸ ਬੈਠਿਆ ਸੋਈ ਸਭਨਾ ਦਾ ਵਿਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹੋ ਧਨ ਮੇਰੇ ਹਰ ਕੋ ਨਾਉ ਗਾਂਠ ਨਾ ਬਾਦੋ ਵੇਚ ਨਾ ਖਾਉ ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਭਗਤ ਕਰੋ ਜਨ ਸਰਨ ਤੁਮਾਰੀ ਇਹੋ ਧਨ ਮੇਰੇ ਹਰ ਕੋ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਜੁਗੋ ਜੁਗ ਅਟਲ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿੰਨਾਂ ਸਤਿਗੁਰਾਂ ਦੀ ਸੰਗਤ ਵਿੱਚ ਆਪ ਸੰਗਤ ਨੇ ਬੈਠ ਕੇ
ਗੁਰਬਾਣੀ ਦੀਆਂ ਦਾਤਾਂ ਕੀਰਤਨ ਦੇ ਰੂਪ ਦੇ ਵਿੱਚ ਆਪਣੀ ਝੋਲੀ ਵਿੱਚ ਪ੍ਰਾਪਤ ਕੀਤੀਆਂ। ਦਸਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਹੈ ਜੋ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ। ਜੇ ਜੇ ਤੁਮਰੇ ਧਿਆਨ ਕੋ ਨਿੱਤ ਉੱਠ ਧਿਆਏ ਹੈ ਸੰਤ। ਪਰਮਾਤਮਾ ਜਿਹੜੇ ਤੈਨੂੰ ਨਿੱਤ ਅੰਮ੍ਰਿਤ ਵੇਲੇ ਉੱਠ ਕੇ ਚੇਤੇ ਕਰਦੇ ਨੇ, ਯਾਦ ਕਰਦੇ ਨੇ, ਉਹ ਸੰਤ ਨੇ। ਜੇ ਜੇ ਜਿਹੜੇ ਜਿਹੜੇ ਤੁਮਰੇ ਧਿਆਨ ਕੋ ਤੇਰੇ ਧਿਆਨ ਨੂੰ ਧਾਰਨ ਕਰਦੇ ਅਕਾਲ ਪੁਰਖ ਤੈਨੂੰ ਯਾਦ ਕਰਦੇ ਨਿੱਤ ਉੱਠ, ਰੋਜ਼ ਦਾ ਉਹਨਾਂ ਦਾ ਨਿਤਨੇਮ ਇਹ ਹੈ ਕਿ ਅਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਨੂੰ ਚੇਤੇ ਕਰਨਾ। ਉਹ ਸੰਤ ਨੇ ਜਿਨ੍ਹਾਂ ਨੂੰ ਐਸੀ ਦਾਤ ਮਿਲਦੀ ਹੈ। ਦਸਵੇਂ ਪਾਤਸ਼ਾਹ ਕਹਿਣ ਲੱਗੇ ਅੰਤ ਲਹੇਂਗੇ ਮੁਕਤ ਫਲ, ਉਹਨਾਂ ਨੂੰ ਮੁਕਤੀ ਦਾ ਫਲ ਮਿਲੇਗਾ, 84 ਲੱਖ ਜੂਨਾਂ ਤੋਂ ਛੁਟਕਾਰਾ ਮਿਲੇਗਾ। ਅੰਤ ਲਹੇਂਗੇ ਮੁਕਤ ਫਲ ਪਾਵੇਂਗੇ, ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਹੋ ਜਾਣਗੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਅਕਾਲ ਪੁਰਖ ਤੈਨੂੰ ਚੇਤੇ ਕੀਤਾ। ਵੱਡੇ ਭਾਗ ਬਣੇ ਗੁਰੂ ਕੇ ਸੰਗਤ, ਆਪਾਂ ਗੁਰੂ ਦਰਬਾਰ ਵਿੱਚ ਬੈਠ ਕੇ ਪਰਮੇਸ਼ੁਰ ਨੂੰ ਚੇਤੇ ਕਰ ਰਹੇ ਹਾਂ। ਬਾਣੀ ਪੜ੍ਹ ਕੇ, ਬਾਣੀ ਸਰਵਣ ਕਰਕੇ, ਗੁਰੂ ਦਾ ਦਿਦਾਰਾ ਕਰਕੇ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਸੰਸਾਰ ਦੇ ਆਲਸੀ ਲੋਕ ਅੰਮ੍ਰਿਤ ਵੇਲੇ ਸੌਂ ਕੇ ਗਵਾ ਲੈਂਦੇ, ਸ਼ਾਮ ਦਾ ਸਮਾਂ ਪੱਬ ਕਲੱਬ ਵਿੱਚ ਜਾ ਕੇ ਗਵਾ ਲੈਂਦੇ। ਗੁਰਮੁਖਾਂ ਦਾ ਜੀਵਨ ਸਫਲਾ ਹੈ, ਅੰਮ੍ਰਿਤ ਵੇਲੇ ਵੀ ਗੁਰੂ ਦੀ ਗੋਦੀ ਵਿੱਚ ਅਤੇ ਸੰਧਿਆ ਵੇਲੇ ਵੀ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਜਨਮ ਨੂੰ ਸਫਲਾ ਬਣਾ ਲੈਂਦਾ। ਐਸੀ ਵੱਡੀ ਦਾਤ ਮਿਲੀ ਹੈ ਸਤਿਗੁਰੂ ਜੀ। ਇਸ ਵੇਲੇ ਗੁਰਬਾਣੀ ਦੇ ਜੋ ਅਰਥ ਹਨ, ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਗੁਰਬਾਣੀ ਦੇ ਅਰਥ ਆਪ ਆਪਣੇ ਸਿੰਘਾਂ ਦੀ ਝੋਲੀ ਵਿੱਚ ਪਾਏ। ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਨਾ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਗੁਰਬਾਣੀ ਪੜ੍ਹਨ ਦੀ ਅਤੇ ਸਮਝਣ ਦੀ ਸਮਰੱਥਾ ਬਖਸ਼ਿਸ਼ ਕਰੋ, ਅਤੇ ਉੱਥੇ ਫਿਰ ਮਹਾਰਾਜ ਨੇ ਗੁਰਬਾਣੀ ਲਿਖਵਾਈ ਵੀ ਹੈ ਅਤੇ ਗੁਰਬਾਣੀ ਦੇ ਅਰਥ ਵੀ ਮਹਾਰਾਜ ਨੇ ਦੱਸੇ। ਉਹ ਜਿਹੜੇ ਅਰਥ ਸਤਿਗੁਰਾਂ ਨੇ ਸਿੰਘਾਂ ਨੂੰ ਸਮਝਾਏ ਪੜ੍ਹਾਏ, ਉਹ ਸੀਨਾ ਬਸੀਨਾ ਆਪਾਂ ਉਹਨਾਂ ਅਰਥਾਂ ਨੂੰ ਉਸ ਗੁਰਬਾਣੀ ਨੂੰ ਸਰਵਣ ਕਰ ਰਹੇ ਹਾਂ ਅਤੇ ਆਪਣੇ ਜੀਵਨ ਨੂੰ ਸਫਲਿਆ ਬਣਾ ਰਹੇ ਹਾਂ। ਸੋ ਸਰੀਰ ਕਰਕੇ ਬੈਠੇ ਹਾਂ, ਮਨ ਕਰਕੇ ਬੈਠੀਏ ਮਹਾਰਾਜ ਦੀ ਹਜ਼ੂਰੀ ਅੰਦਰ, ਭਾਵਨਾ ਦੇ ਨਾਲ ਪਾਤਸ਼ਾਹ ਦੇ ਅੰਮ੍ਰਿਤ ਬਚਨ ਸਰਵਣ ਕਰੀਏ, ਸਾਡਾ ਇਹ ਜੀਵਨ ਸਫਲਾ ਹੋਵੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੈਰੋਂ ਬਾਣੀ ਭਗਤਾਂ ਕੀ, ਭੈਰੋਂ ਰਾਗ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ 31 ਰਾਗ ਲਿਖੇ ਨੇ। 31 ਰਾਗ ਦੇ ਵਿੱਚੋਂ ਇਹ 23 ਨੰਬਰ ਰਾਗ ਹੈ ਜਿਸ ਨੂੰ ਭੈਰੋਂ ਰਾਗ ਕਿਹਾ ਜਾਂਦਾ ਹੈ। ਅੰਮ੍ਰਿਤ ਵੇਲੇ ਇਸ ਰਾਗ ਨੂੰ ਗਾਇਆ ਜਾਂਦਾ ਹੈ। ਜਿਵੇਂ ਆਸਾ ਦੀ ਵਾਰ ਹੈ ਨਾ, ਭੈਰੋਂ ਰਾਗ ਵਿੱਚ ਭੈਰਵੀ ਦੇ ਵਿੱਚ ਆਸਾ ਅਤੇ ਅਸਾਵਰੀ ਦੇ ਵਿੱਚ ਆਸਾ ਦੀ ਵਾਰ ਨੂੰ ਇਹਨਾਂ ਰਾਗਾਂ ਵਿੱਚ ਗੁਰੂ ਕੇ ਕੀਰਤਨੀਏ ਗਾਉਂਦੇ ਨੇ। ਅੰਮ੍ਰਿਤ ਵੇਲੇ ਦਾ ਗਾਇਆ ਜਾਣ ਵਾਲਾ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ 23 ਨੰਬਰ ਇਸ ਰਾਗ ਦਾ ਹੈ। ਇਸ ਰਾਗ ਦੇ ਅੰਦਰ ਮਹਾਰਾਜ ਭਗਤਾਂ ਦੀ ਬਾਣੀ
ਜਿਸ ਵਿੱਚ ਕਬੀਰ ਸਾਹਿਬ ਜੀ ਦੇ ਸ਼ਬਦ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਇਹਨਾਂ ਗੁਰਮੁਖਾਂ ਮਹਾਂਪੁਰਖਾਂ ਦੇ ਜਿਹੜੇ ਸ਼ਬਦ ਹਨ ਸਾਡੇ ਉਪਦੇਸ਼ ਵਾਸਤੇ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਿਖਦੇ ਪਏ। ਇਹ ਸਤਿਗੁਰਾਂ ਨੇ ਸਿਰਲੇਖ ਲਿਖਿਆ ਹੈ ਵੀ ਬਾਣੀ ਹੁਣ ਭਗਤਾਂ ਦੀ ਇੱਥੋਂ ਸ਼ੁਰੂ ਹੋ ਗਈ ਹੈ, ਗੁਰੂ ਪਾਤਸ਼ਾਹ ਦੀ ਬਾਣੀ ਇੱਥੇ ਸੰਪੂਰਨ ਹੋਈ ਹੈ, ਪਹਿਲੇ ਪੰਜ ਗੁਰੂ ਸਾਹਿਬਾਨ ਦੀ, ਹੁਣ ਭਗਤਾਂ ਦੀ ਬਾਣੀ ਮਹਾਰਾਜ ਇੱਥੋਂ ਅੱਗੇ ਦਰਜ ਕਰਦੇ ਹਨ। ਕਬੀਰ ਜੀਓ ਕਰ ਪਹਿਲਾ, ਸਭ ਤੋਂ ਪਹਿਲਾਂ ਸ਼੍ਰੋਮਣੀ ਭਗਤ ਕਬੀਰ ਸਾਹਿਬ ਨੇ, ਜਿਵੇਂ ਗੁਰੂ ਪਾਤਸ਼ਾਹ ਦੀ ਬਾਣੀ ਵਿੱਚੋਂ ਸਭ ਤੋਂ ਵੱਧ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਸੇ ਤਰ੍ਹਾਂ ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਸ਼ਬਦ ਜਿਹੜੇ ਨੇ ਉਹ ਕਬੀਰ ਸਾਹਿਬ ਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਇਸ ਕਰਕੇ ਭਗਤ ਕਬੀਰ ਜੀਆਂ ਨੂੰ ਸ਼੍ਰੋਮਣੀ ਭਗਤ ਕਿਹਾ ਜਾਂਦਾ ਵੀ ਉਹਨਾਂ ਦੀ ਬਾਣੀ ਸਭ ਤੋਂ ਵੱਧ ਹੈ। ਜਦੋਂ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਭਗਤਾਂ ਦੀ ਲਿਖਾਉਂਦੇ, ਸਭ ਤੋਂ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਲਿਖੀ ਜਾਂਦੀ ਹੈ, ਬਾਕੀ ਭਗਤਾਂ ਦਾ ਨੰਬਰ ਬਾਅਦ ਵਿੱਚ ਆਉਂਦਾ ਹੈ। ਸੋ ਕਬੀਰ ਸਾਹਿਬ ਜੀ ਨੂੰ ਇੰਨਾ ਮਾਣ ਬਖਸ਼ਿਸ਼ ਕੀਤਾ, ਮਹਾਰਾਜ ਜੀਆਂ ਨੇ ਵਡਿਆਈ ਦਿੱਤੀ ਹੈ। ਕਬੀਰ ਸਾਹਿਬ ਜੀ ਦੀ ਇਹ ਬਾਣੀ ਪਹਿਲੇ ਘਰ ਦੇ ਅੰਦਰ ਗਾਉਣ ਦਾ, ਜਿਹੜੇ ਗਵਈਏ ਨੇ ਨਾ ਰਾਗ ਪੜ੍ਹਨ ਵਾਲੇ ਗੁਰੂ ਕੇ, ਬਾਣੀ ਨੂੰ ਗਾ ਕੇ ਸੁਣਾਉਣ ਵਾਲੇ, ਉਹਨਾਂ ਨੂੰ ਹੁਕਮ ਕੀਤਾ ਮਹਾਰਾਜ ਨੇ, ਭਾਈ ਪਹਿਲੇ ਘਰ ਦੇ ਅੰਦਰ ਇਸ ਸ਼ਬਦ ਨੂੰ ਗਾ ਕੇ ਸੰਗਤ ਨੂੰ ਸਰਵਣ ਕਰਾਉਣਾ ਹੈ। ਕਬੀਰ ਸਾਹਿਬ ਜੀ ਦਾ ਇਹ ਸ਼ਬਦ ਮਹਾਰਾਜ ਇੱਥੇ ਬਖਸ਼ਦੇ ਹਨ। ਗੁਰਮੁਖੋ, ਗੁਰੂ ਘਰ ਦੀ ਇੱਕ ਮਰਿਆਦਾ ਪਰੰਪਰਾ ਮਹਾਰਾਜ ਨੇ ਬਣਾਈ ਹੈ ਕਿ ਜਦੋਂ ਵੀ ਕੋਈ ਕਾਰਜ ਕਰਨਾ ਹੈ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਤੁਹਾਡੇ ਆਗੇ ਅਰਦਾਸ ਹਮਾਰੀ ਜੀਓ, ਇਹ ਸਭ ਕੁਝ ਤੇਰਾ ਹੀ ਹੈ ਅਤੇ ਤੇਰੇ ਚਰਨਾਂ ਵਿੱਚ ਅਰਦਾਸ ਹੈ। ਉਸੇ ਮਰਿਆਦਾ ਨੂੰ ਰੱਖਦਿਆਂ ਹੋਇਆਂ ਸਤਿਗੁਰੂ ਬਾਣੀ ਉਚਾਰਨ ਤੋਂ ਪਹਿਲਾਂ ਇਹ ਅਰਦਾਸ ਕਰਦੇ ਪਏ। ਇਹ ਅਰਦਾਸ ਹੈ ਗੁਰੂ ਘਰ ਦੇ ਵੱਲੋਂ ਇੱਕ ਓਅੰਕਾਰ। ਓਅੰਕਾਰ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਕਈ ਨਾਮ ਨੇ ਜਿਹੜੇ ਆਪਾਂ ਗਿਣ ਨਹੀਂ ਸਕਦੇ, ਇੰਨੇ ਬੇਅੰਤ ਨਾਮ ਨੇ ਉਸਦੇ, ਪਰ ਉਹਦੇ ਇੰਨੇ ਨਾਮਾਂ ਦੇ ਵਿੱਚੋਂ ਇੱਕ ਨਾਮ ਹੈ ਓਅੰਕਾਰ। ਮਹਾਰਾਜ ਨੇ ਆਖਿਆ ਓਅੰਕਾਰ ਸੇ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਯੁਗ ਭੈ, ਓਅੰਕਾਰ ਵੇਦ ਨਿਰਮੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਕਿ ਉਹ ਜੋ ਪਰਮਾਤਮਾ ਹੈ ਉਹਨੇ ਸੰਸਾਰ ਬਣਾਇਆ, ਵੇਦ ਉਹਦੇ ਤੋਂ ਬਣੇ। ਉਹਦੇ ਅੱਗੇ ਮਹਾਰਾਜ ਨੇ ਏਕਾ ਲਾ ਦਿੱਤਾ ਵੀ ਅਕਾਲ ਪੁਰਖ ਇੱਕ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ ਹੀ ਲਿਖਿਆ। ਮਹਾਰਾਜ ਨੇ ਇਹ ਨਹੀਂ ਲਿਖਿਆ ਵੀ ਦਾਤੇ ਵੀ ਪੰਜ ਸੱਤ ਨੇ, ਨਹੀਂ ਇੱਕੋ ਹੀ ਹੈ। ਜਿਵੇਂ ਬਹਾਦਰ ਸ਼ਾਹ ਬਾਦਸ਼ਾਹ ਨੇ ਸਵਾਲ ਕੀਤਾ ਸੀ ਨਾ, ਕਹਿੰਦਾ ਮਹਾਰਾਜ ਵੀ ਰੱਬ ਜਿਹੜਾ ਹੈ ਉਹ ਇੱਕ ਹੈ। ਮਹਾਰਾਜ ਕਹਿੰਦੇ ਨਹੀਂ, ਬਹਾਦਰ ਸ਼ਾਹ ਇੱਕ ਥੋੜ੍ਹੀ ਹੈ, ਰੱਬ ਤੇ ਤਿੰਨ ਨੇ। ਹੈਰਾਨ ਹੋ ਗਿਆ, ਕਹਿੰਦਾ ਜੀ ਤਿੰਨ ਕਿਵੇਂ, ਅਸੀਂ ਤਾਂ ਗ੍ਰੰਥਾਂ ਵਿੱਚ ਵੀ ਪੜ੍ਹਿਆ ਅਤੇ ਪੀਰਾਂ ਫਕੀਰਾਂ ਕੋਲੋਂ ਵੀ ਸੁਣਿਆ ਵੀ ਖੁਦਾ ਇੱਕ ਹੈ, ਤੁਸੀਂ ਤਿੰਨ ਕਿਵੇਂ ਕਹਿੰਦੇ? ਅਤੇ ਮਹਾਰਾਜ ਕਹਿੰਦੇ ਜੇ ਖੁਦਾ ਇੱਕ ਹੈ ਅਤੇ ਤੇਰੇ ਬਾਪ ਨੇ ਜ਼ੋਰ ਲਾ ਛੱਡਿਆ ਵੀ ਸਾਰੇ ਹਿੰਦੂ ਮਾਰ ਦੇਣੇ ਜਾਂ ਮੁਸਲਮਾਨ ਬਣਾ ਲੈਣ, ਅਤੇ ਫਿਰ ਖੁਦਾ ਤਾਂ ਉਹਨਾਂ ਦੇ ਵਿੱਚ ਵੀ ਵੱਸਦਾ ਨਾ, ਹਿੰਦੂਆਂ ਦੇ ਵਿੱਚ ਵੀ ਵੱਸਦਾ ਅਤੇ ਖੁਦਾ ਮੁਸਲਮਾਨਾਂ ਦੇ ਵਿੱਚ ਵੀ ਵੱਸਦਾ। ਅਤੇ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ, ਭਾਵੇਂ ਸਿੱਖ ਹੋਵੇ ਅਤੇ ਉਹਦੇ ਵਿੱਚ ਵੀ ਤਾਂ ਖੁਦਾ ਹੀ ਹੈ ਨਾ। ਜੇ ਖੁਦਾ ਇੱਕ ਹੈ ਤਾਂ ਫਿਰ ਦੂਜਿਆਂ ਨੂੰ ਕਤਲ ਕਿਉਂ ਕਰਦੇ ਪਏ? ਫਿਰ ਤੁਹਾਡਾ ਮਤ ਤਾਂ ਇਹੀ ਹੋਇਆ ਨਾ ਵੀ ਹਿੰਦੂਆਂ ਦਾ ਖੁਦਾ ਵੱਖਰਾ ਹੈ ਅਤੇ ਮੁਸਲਮਾਨਾਂ ਦਾ ਵੱਖਰਾ ਅਤੇ ਸਿੱਖਾਂ ਦਾ ਵੱਖਰਾ, ਅਤੇ ਅਸੀਂ ਤਾਂ ਹੀ ਆਖਿਆ ਵੀ ਖੁਦਾ ਹੈ ਹੀ ਤਿੰਨ ਨੇ ਤੁਹਾਡੀ ਨਜ਼ਰ ਦੇ ਵਿੱਚ, ਪਰ ਹੈ ਉਹ ਇੱਕੋ ਹੀ ਹੈ।
ਜੋ ਸਭ ਮੈਂ ਜੋਤ ਜੋਤ ਹੈ ਸੋਏ ਸਭ ਵਿੱਚ ਬੈਠਾ ਜੋਤ ਰੂਪ ਹੋ ਕੇ। ਸਤਿਗੁਰੂ ਕਹਿੰਦੇ ਓਅੰਕਾਰ ਇੱਕ, ਪਰਮਾਤਮਾ ਇੱਕ ਹੈ ਅਤੇ ਉਸ ਦੀ ਪ੍ਰਾਪਤੀ ਕਰਨੀ ਕਿਵੇਂ ਕਰੀਏ? ਉਹਦੀ ਪ੍ਰਾਪਤੀ ਵਾਸਤੇ ਆਪਾਂ ਸੰਗਤ ਵਿੱਚ ਬੈਠੇ ਹਾਂ, ਇੱਥੇ ਬੈਠਾਂਗੇ, ਸਾਡੇ ਗੁਰੂ ਦੀ ਸਾਡੇ 'ਤੇ ਨਜ਼ਰ ਪਵੇਗੀ, ਗੁਰੂ ਸਾਡਾ ਸਾਡੇ 'ਤੇ ਖੁਸ਼ ਹੋ ਜਾਏਗਾ ਕਿ ਇਹ ਮੇਰਾ ਬੱਚਾ, ਇਹ ਸਿੱਖ ਰੋਜ਼ ਸੰਗਤ ਵਿੱਚ ਆਉਂਦਾ ਹੈ, ਇਹ ਗੁਰਬਾਣੀ ਕਥਾ ਸਰਵਣ ਕਰਦਾ, ਕੀਰਤਨ ਸਰਵਣ ਕਰਦਾ, ਇਹ ਮੇਰਾ ਸਿੱਖ ਜੋੜੇ ਝਾੜਦਾ, ਇਹ ਮੇਰਾ ਸਿੱਖ ਝਾੜੂ ਫੇਰਦਾ, ਇਹ ਮੇਰਾ ਸਿੱਖ ਗੁਰੂ ਘਰ ਆ ਕੇ ਪੋਚਾ ਲਾਉਂਦਾ, ਇਹ ਬਰਤਨ ਸਾਫ਼ ਕਰਦਾ, ਇਹ ਗਰੀਬ ਗੁਰਬੇ ਦੀ ਮਦਦ ਕਰਦਾ, ਇਹ ਭਲਾ ਕਰਦਾ ਹੈ। ਜਦੋਂ ਸਤਿਗੁਰੂ ਇਸ ਤਰ੍ਹਾਂ ਵੇਖ ਲੈਣਗੇ ਫਿਰ ਪ੍ਰਸਾਦ, ਉਹਨਾਂ ਦੀ ਪ੍ਰਸੰਨਤਾ ਹੋਵੇਗੀ ਸਾਡੇ ਉੱਪਰ, ਫਿਰ ਗੁਰੂ ਖੁਸ਼ ਹੋ ਜਾਵੇ। ਬੱਚਾ ਭਾਵੇਂ ਗੁਰਮੁਖੋਂ ਨਲਾਇਕ ਹੀ ਹੋਵੇ ਨਾ, ਉਹ ਰੋਜ਼ ਸਕੂਲੇ ਜਾਵੇ, ਉਹਦੀ ਹਾਜ਼ਰੀ ਲੱਗਦੀ ਰਹੇ, ਉਹਦੀ ਹਾਜ਼ਰੀ ਵੇਖ ਕੇ ਹੀ ਉਹਨੂੰ ਆਖ ਦਿੰਦੇ ਵੀ ਚਲੋ ਭਾਈ ਇਹਦੀ ਕਰੋ ਮਦਦ, ਥੋੜ੍ਹੇ ਬਹੁਤੇ ਪਾ ਦਿਓ ਨੰਬਰ ਕੋਲੋਂ ਅਤੇ ਇਹਨੂੰ ਕਰ ਦਿਓ ਪਾਸ। ਜੇ ਬੱਚਾ ਸਕੂਲ ਜਾ ਕੇ ਹੀ ਨਾ ਵੜੇ ਤਾਂ ਫਿਰ ਉਹਦੇ ਵਾਸਤੇ ਮੁਸ਼ਕਲ ਹੈ। ਇਹ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਆ ਕੇ ਬੈਠੇ, ਹਾਜ਼ਰੀ ਲੱਗਦੀ ਪਈ ਹੈ ਨਾ, ਥੋੜ੍ਹੇ ਬਹੁਤੇ ਨੰਬਰਾਂ ਤੋਂ ਕਿਤੇ ਰਹਿ ਵੀ ਗਏ ਤਾਂ ਮਹਾਰਾਜ ਨੇ ਸਾਡੀ ਹਾਜ਼ਰੀ ਵੇਖ ਕੇ ਹੀ, ਨਾਨਕ ਨਾਮ ਜਹਾਜ਼ ਹੈ ਚੜ੍ਹੇ, ਮਹਾਰਾਜ ਨੇ ਕਹਿਣਾ ਵੀ ਇਹ ਸਾਡੇ ਜਹਾਜ਼ 'ਚ ਬੈਠਾ, ਸੰਗਤ ਦੇ ਜਹਾਜ਼ 'ਚ ਆ ਕੇ ਕਰ ਦਿਓ ਭਾਈ ਇਹਨੂੰ ਵੀ ਪਾਰ, ਇਹਦਾ ਬੇੜਾ ਬੰਨੇ ਲਾ ਦਿਓ, ਐਸੀ ਕਿਰਪਾ ਕਰਦੇ। ਇਹ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰੀ ਦਾ ਨਿਚੋੜ ਇਹ ਹੈ ਸਤਿਗੁਰ ਪ੍ਰਸਾਦ, ਵੀ ਗੁਰੂ ਦੀ ਕਿਰਪਾ ਦੇ ਬਿਨਾਂ ਕੁਝ ਨਹੀਂ ਹੋਣਾ, ਗੁਰੂ ਕਿਰਪਾ ਕਰੇ ਤਾਂ ਸਭ ਕੁਝ ਹੀ ਹੋ ਜਾਣਾ ਹੈ। ਸੰਗਤ ਵਿੱਚ ਬੈਠਣਾ, ਸੇਵਾ ਕਰਨੀ, ਸਿਮਰਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਹ ਸਾਰਾ ਕੁਝ ਅਸੀਂ ਕਰਦੇ ਹਾਂ ਗੁਰੂ ਦੀ ਕਿਰਪਾ ਲੈਣ ਵਾਸਤੇ, ਵੀ ਸਤਿਗੁਰੂ ਖੁਸ਼ ਹੋ ਜਾਣ ਅਤੇ ਸਾਨੂੰ ਦਾਤ ਦੇਣ। ਮਹਾਰਾਜ ਇਹ ਮੰਗਲਾਚਰਨ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ, ਜਾਂ ਆਪਾਂ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਕਿ ਬਾਣੀ ਰਚਣ ਤੋਂ ਪਹਿਲਾਂ ਅਰਦਾਸ ਕਰਦੇ ਪਏ, ਜਿਵੇਂ ਆਪਾਂ ਘਰ ਬਣਾਉਣ ਤੋਂ ਪਹਿਲਾਂ ਅਰਦਾਸ ਨਹੀਂ ਕਰਦੇ ਵੀ ਨੀਂਹ ਰੱਖਣ ਲੱਗੇ ਹਾਂ, ਹੁਣ ਮਹੂਰਤ ਕਰਨ ਲੱਗੇ ਹਾਂ, ਇਹ ਮਹਾਰਾਜ ਅਰਦਾਸ ਕਰਨ ਦੀ ਜਾਚ ਹੀ ਦੱਸਦੇ ਪਏ। ਗੁਰੂ ਕਿਹਾ ਸਿੱਖਾ ਕੋਈ ਵੀ ਕਾਰਜ ਕਰਨਾ ਤਾਂ ਅਰਦਾਸ ਕਰਿਆ ਕਰ। ਵੈਸੇ ਗੁਰਮੁਖੋ ਇਤਿਹਾਸ ਨੂੰ ਜੇ ਪੜ੍ਹੀਏ ਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਅਰਦਾਸ ਨਹੀਂ ਬਖਸ਼ੀ ਹੈ, 101 ਅਰਦਾਸ ਬਖਸ਼ੀ ਹੈ। 101 ਅਰਦਾਸਾਂ ਰਹਿਤਨਾਮਿਆਂ ਵਿੱਚ ਸਿੱਖ ਦੇ ਵਾਸਤੇ ਲਿਖੀਆਂ ਗਈਆਂ ਜਨਮ ਤੋਂ ਲੈ ਕੇ ਮੌਤ ਤੱਕ, ਪਰ ਉਹਦੇ ਵਿੱਚੋਂ ਅਸੀਂ 5-7 ਹੀ ਕਰਦੇ ਹਾਂ, ਬਾਕੀਆਂ ਦਾ ਸਾਨੂੰ ਪਤਾ ਹੀ ਨਹੀਂ ਹੈ। ਸੋ ਮਹਾਰਾਜ ਇੱਥੇ ਅਰਦਾਸ ਕਰਨ ਦੀ ਸਾਨੂੰ ਜਿਹੜੀ ਹੈ ਉਹ ਸੋਝੀ ਦਿੰਦੇ ਪਏ ਵੀ ਭਾਈ ਕਾਰਜ ਕਰਨਾ ਹੈ, ਗੁਰੂ ਅੱਗੇ ਬੇਨਤੀ ਕਰ। ਇਹੋ ਧਨ ਮੇਰੇ ਹਰ ਕੋ ਨਾਉ। ਕਬੀਰ ਸਾਹਿਬ ਜੀਆਂ ਦੇ ਕੋਲ ਬੜੇ ਬੜੇ ਭਗਤ ਸੰਤ ਗੁਰਮੁਖ ਆ ਜਾਂਦੇ ਅਤੇ ਸੁੱਕਾ ਮਿੱਸਾ ਪ੍ਰਸ਼ਾਦਾ ਭਗਤ ਜੀ ਆਪਣੀ ਵਿੱਤ ਅਨੁਸਾਰ ਤਿਆਰ ਕਰਦੇ ਅਤੇ ਸਾਧੂ ਸੰਤਾਂ ਨੂੰ ਛਕਾਉਂਦੇ। ਘਰ ਵਿੱਚ ਬੜੀ ਗਰੀਬੀ ਹੈ। ਵੈਸੇ ਤਾਂ ਕਬੀਰ ਸਾਹਿਬ ਜੀਆਂ ਦੇ ਕੋਲ ਕਈ ਵਾਰੀ ਮਾਇਆ ਆਈ ਹੈ। ਬਾਣੀ ਦਾ ਬਚਨ ਇਹ ਹੈ ਕਿ ਇਹ ਜਿਹੜੀ ਮਾਇਆ ਹੈ ਨਾ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਮਾਇਆ ਦਾਸੀ ਹੋ ਕੇ ਭਗਤਾਂ ਦੇ ਪਿੱਛੇ ਦੌੜੀ ਫਿਰਦੀ ਹੈ ਵੀ ਮੈਨੂੰ ਵਰਤ ਕੇ ਸਫਲੀ ਬਣਾ ਦੇਣ। ਕਬੀਰ ਸਾਹਿਬ ਦੇ ਕੋਲ ਕਈ ਵਾਰੀ ਮਾਇਆ ਆਈ ਹੈ, ਪਰ ਬਾਣੀ ਦਾ ਬਚਨ ਹੈ ਨੱਕ ਹੋ ਕਾਟੀ ਕੰਨ ਹੋ ਕਾਟੀ ਕਾਟ ਕੂਟ ਕੈ ਡਾਰੀ। ਕਬੀਰ ਸਾਹਿਬ ਜੀ ਪਿੱਛੇ ਹਟਾ ਦਿੰਦੇ, ਭਾਜਾ ਪਰੇ ਸਾਡੇ ਕੋਲ ਨਹੀਂ ਆਉਣਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ 12 ਕੋਹ ਮਾਇਆ ਦੂਰ ਰਹਿੰਦੀ ਹੈ, ਇਸ ਤਰ੍ਹਾਂ ਕਬੀਰ ਸਾਹਿਬ ਜੀ ਦੂਰ ਹੀ ਆਪਣੇ ਤੋਂ ਰੱਖਦੇ। ਐਸੀ ਗਰੀਬੀ ਵੇਖ ਕੇ ਕੋਈ ਸ਼ਾਹੂਕਾਰ ਆ ਕੇ ਆਖਦਾ ਕਬੀਰ ਸਾਹਿਬ ਤੁਹਾਡੇ ਘਰ ਵਿੱਚ ਬੜੇ ਸੰਤ ਆਉਂਦੇ ਨੇ, ਸਾਧੂ ਆਉਂਦੇ ਨੇ, ਪ੍ਰਸ਼ਾਦਾ ਪਾਣੀ ਵੀ ਤੁਹਾਨੂੰ ਛਕਾਉਣਾ ਪੈਂਦਾ,
ਤੁਹਾਡੇ ਘਰ ਵਿੱਚ ਬੜੀ ਗਰੀਬੀ ਹੈ, ਮੇਰੇ ਕੋਲੋਂ ਥੋੜ੍ਹੀ ਬਹੁਤੀ ਮਾਇਆ ਹੀ ਲੈ ਲਵੋ, ਧਨ ਲੈ ਲਵੋ ਅਤੇ ਤੁਹਾਡਾ ਗੁਜ਼ਾਰਾ ਚੰਗਾ ਹੋਵੇਗਾ ਅਤੇ ਪ੍ਰਸ਼ਾਦਾ ਪਾਣੀ ਆਏ ਗਿਆ ਦੀ ਸੇਵਾ ਕਰਿਆ ਕਰੋ। ਇਹ ਬਚਨ ਸੁਣ ਕੇ ਉਸ ਵੇਲੇ ਕਬੀਰ ਸਾਹਿਬ ਜੀ ਬਖਸ਼ਦੇ ਹਨ, ਇਹੋ ਧਨ ਮੇਰੇ ਹਰ ਕੋ ਨਾਉ, ਕਹਿਣ ਲੱਗੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਵਾਹਿਗੁਰੂ ਵਾਹਿਗੁਰੂ, ਇਹੋ ਹੀ ਸਾਡੇ ਕੋਲ ਧਨ ਹੈ, ਇਹੋ ਹੀ ਸਾਡੇ ਕੋਲ ਭਾਈ ਪੂੰਜੀ ਹੈ, ਇਹਦੇ ਨਾਲ ਹੀ ਸਭ ਕੁਝ ਹੋ ਜਾਂਦਾ ਹੈ। ਅਸੀਂ ਆਪਣੇ ਮੁਖ ਤੋਂ ਕਹਿੰਦੇ ਰਾਮ ਰਾਮ ਰਾਮ, ਇਹ ਕਬੀਰ ਸਾਹਿਬ ਜੀ ਜਪਿਆ ਕਰਦੇ ਨਾ, ਜਦੋਂ ਆਪਣੇ ਗੁਰੂ ਰਾਮਾਨੰਦ ਦੇ ਰਸਤੇ ਵਿੱਚ ਜਾ ਕੇ ਲੰਮੇ ਪੈ ਗਏ ਨਾ ਗੁਰਮੁਖੋ, ਉਹਨਾਂ ਸਮਿਆਂ ਵਿੱਚ ਇਹ ਮਰਿਆਦਾ ਸੀਗੀ ਲੋਕਾਂ ਦੇ ਵਿੱਚ ਵੀ ਨਾਮ ਵੱਡੀ ਕੁੱਲ ਵਾਲਾ ਉੱਚੀ ਕੁੱਲ ਵਾਲਾ ਹੀ ਨਾਮ ਜਪ ਸਕਦਾ, ਨੀਵੀਂ ਕੁੱਲ ਵਾਲੇ ਨੂੰ ਤਾਂ ਨਾਮ ਜਪਣ ਦਾ ਵੀ ਹੁਕਮ ਨਹੀਂ ਹੈ। ਭਗਵਾਨ ਰਾਮ ਚੰਦਰ ਜੀਆਂ ਦੇ ਸਮੇਂ ਕਿਸੇ ਸ਼ੂਦਰ ਨੇ ਨਾਮ ਜਪ ਲਿਆ ਸੀ ਨਾ ਖੂਹ ਦੇ ਵਿੱਚ ਲਟਕ ਕੇ, ਅਤੇ ਕਿਸੇ ਬ੍ਰਾਹਮਣ ਨੇ ਸ਼ਿਕਾਇਤ ਕਰ ਦਿੱਤੀ ਸੀ, ਰਾਮ ਜੀ ਤੁਹਾਡੇ ਰਾਜ ਦੇ ਵਿੱਚ ਸ਼ੂਦਰ ਨਾਮ ਜਪਦਾ ਪਿਆ ਅਤੇ ਮੇਰਾ ਤਾਂ ਪੁੱਤਰ ਮਰ ਗਿਆ। ਉਸ ਵੇਲੇ ਸ਼ੂਦਰ ਦੇ ਪੁੱਤਰ ਨੂੰ ਕਤਲ ਕਰਕੇ ਅਤੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰ ਦਿੱਤਾ। ਇਹ ਉਹਨਾਂ ਸਮਿਆਂ ਦੀ ਪਰੰਪਰਾ ਵੀ ਨੀਵੀਂ ਜਾਤ ਵਾਲਾ ਤਾਂ ਨਾਮ ਵੀ ਨਹੀਂ ਜਪ ਸਕਦਾ ਹੈ। ਕਬੀਰ ਸਾਹਿਬ ਜੀ ਨੇ ਨਾਮ ਹੁਣ ਗੁਰੂ ਦੇ ਕੋਲੋਂ ਲੈਣਾ ਹੈ। ਉਹਨਾਂ ਨੇ ਇੱਕ ਬੜਾ ਸੋਹਣਾ ਰਸਤਾ ਲੱਭਿਆ ਵੀ ਜਿਸ ਰਸਤੇ ਤੋਂ ਰਾਮਾਨੰਦ ਜੀ ਗੁਰੂ ਹੋਏ ਨੇ ਭਗਤ ਕਬੀਰ ਸਾਹਿਬ ਦੇ, ਜਿਹੜੇ ਰਸਤੇ 'ਚੋਂ ਲੰਘ ਕੇ ਜਾਂਦੇ ਉੱਥੇ ਜਾਣ ਬੁੱਝ ਕੇ ਅੰਮ੍ਰਿਤ ਵੇਲੇ ਲੰਮੇ ਪੈ ਗਏ। ਜਦੋਂ ਪੈਰ ਦਾ ਠੁੱਡਾ ਲੱਗਾ ਨਾ ਠੋਕਰ ਲੱਗੀ ਤਾਂ ਉਹਨਾਂ ਨੇ ਮੁੱਖੋਂ ਸੁਭਾਵਕ ਹੀ ਆਖਿਆ ਰਾਮ ਕੇ ਰਾਮ ਕਹੋ, ਬਸ ਇੰਨਾ ਬਚਨ ਕਹਿਣ ਦੀ ਡੇਰ ਹੈ। ਫਿਰ ਐਸਾ ਮੁੱਖ ਤੋਂ ਰਾਮ ਰਾਮ ਕਦੇ ਭੁੱਲਿਆ ਹੀ ਨਹੀਂ। ਉਹਨਾਂ ਨੇ ਗੁਰਬਾਣੀ ਵਿੱਚ ਖੁਦ ਬਚਨ ਲਿਖਿਆ ਹੈ, ਕਹਿਣ ਲੱਗੇ ਭਾਈ ਬਚਨ ਹੈ, ਜਬ ਲੱਗ ਤਾਗਾ ਬਾਹੋ ਦੇਹੀ ਤਬ ਲੱਗ ਬਿਸਰੈ ਰਾਮ ਸੁਨੇਹੀ। ਮੈਂ ਕੰਮ ਹੀ ਛੱਡ ਦਿੱਤਾ ਹੈ ਕਿਉਂਕਿ ਫੂਕ ਮਾਰਿਆ ਮੈਨੂੰ ਰੱਬ ਦਾ ਨਾਮ ਕੋਈ ਸਮੇਂ ਵਾਸਤੇ ਭੁੱਲਦਾ। ਵੇਖੋ ਗੁਰਮੁਖੋ ਜਿਨ੍ਹਾਂ ਨੇ ਜਪਣਾ ਉਹਨਾਂ ਨੇ ਇੱਕੋ ਵਾਰੀ ਸੁਣਿਆ ਵੀ ਰਾਮ ਕਹੋ ਅਤੇ ਰਾਮ ਰਾਮ ਕਰਨ ਲੱਗ ਪਏ। ਅਸੀਂ ਰੋਜ਼ ਹੁਕਮਨਾਮਾ ਲਈਦਾ, ਰੋਜ਼ ਲਿਖੀਦਾ ਜਾ ਕੇ ਬਾਹਰ ਵੀ ਅੱਜ ਹੁਕਮਨਾਮਾ ਆਇਆ। ਮੋਬਾਈਲ ਫੋਨ ਚੱਲਦੇ ਪਏ ਨਾ ਹੁਣ ਮੋਬਾਈਲਾਂ ਦੇ ਉੱਪਰ, ਰੋਜ਼ ਜਾਂ ਫਲਾਣੀ ਥਾਂ ਤੋਂ ਆਹ ਹੁਕਮਨਾਮਾ ਆਇਆ, ਫਲਾਣੀ ਥਾਂ ਤੋਂ ਇਹ ਹੁਕਮਨਾਮਾ ਆਇਆ। ਹੁਕਮਨਾਮੇ ਵਿੱਚ ਕੀ ਆਇਆ? ਹੁਕਮਨਾਮੇ ਵਿੱਚ ਆਇਆ ਵੀ ਨਾਮ ਜਪੋ। ਹੁਕਮਨਾਮਾ ਤਾਂ ਆਇਆ, ਨਾਮ ਕਿੰਨਾ ਕੁ ਜਪਿਆ? ਨਹੀਂ ਜਪਿਆ ਨਹੀਂ ਹੈ, ਕੇਵਲ ਲਿਖਣ ਤੱਕ ਹੀ ਸੀਮਤ ਰਹਿ ਗਿਆ। ਕੰਧਾਂ ਕਾਲੀਆਂ ਕਰ ਛੱਡੀਆਂ, ਕੇਵਲ ਕਹਿਣ ਮਾਤਰ ਵੀ ਇੱਥੋਂ ਇੱਥੋਂ ਮੇਰੇ ਕੋਲੋਂ ਹੁਕਮਨਾਮਾ ਆਉਂਦਾ। ਇਸੇ ਵਿੱਚ ਹੀ ਮਾਣ ਦੱਸਦੇ ਦੁਨੀਆਂ ਦੇ ਨੂੰ, ਮੇਰੇ ਫੋਨ 'ਤੇ ਤਾਂ ਹਜ਼ੂਰ ਸਾਹਿਬ ਤੋਂ ਆ ਜਾਂਦਾ ਹੁਕਮਨਾਮਾ। ਚੰਗੀ ਗੱਲ ਹੈ, ਪਰ ਕਮਾਈ ਕਿੰਨੀ ਕੀਤੀ ਹੈ ਇਹ ਦੱਸ। ਕਬੀਰ ਸਾਹਿਬ ਨੂੰ ਇੱਕ ਵਾਰੀ ਆਖਿਆ ਗੁਰੂ ਨੇ ਰਾਮ ਦੇ ਬੰਦਿਆ ਰਾਮ ਕਹੋ, ਕਹਿੰਦੇ ਅੱਜ ਤੋਂ ਬਾਅਦ ਇਹ ਰਾਮ ਭੁੱਲਣਾ ਹੀ ਨਹੀਂ। ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ, ਔਰ ਐਸਾ ਰਸ ਉਹਨਾਂ ਨੂੰ ਆਇਆ ਫਿਰ ਰਾਮ ਰਾਮ ਹੀ ਕਰਦੇ ਪਏ। ਇੱਥੇ ਬਚਨ ਆਖਦੇ ਕਹਿਣ ਲੱਗੇ ਇਹੋ ਧਨ ਮੇਰੇ ਹਰ ਕੋ ਨਾਓ, ਇਹ ਪਰਮੇਸ਼ਰ ਦਾ ਨਾਮ ਹੀ ਸ਼ਾਹੂਕਾਰਾ ਮੇਰੇ ਵਾਸਤੇ ਧਨ ਹੈ, ਇਹਦੇ ਤੋਂ ਬਿਨਾਂ ਮੈਨੂੰ ਸੰਸਾਰੀ ਮਾਇਆ ਨਹੀਂ ਚਾਹੀਦੀ। ਮਾਇਆ ਤਾਂ ਸਾਡੇ ਪਿੱਛੇ ਤੁਰੀ ਫਿਰਦੀ ਹੈ, ਕਦੇ ਖੱਡੀਆਂ ਸੋਨੇ ਦੀਆਂ ਬਣਾ ਦਿੰਦੀ ਹੈ, ਕਦੇ ਮੇਰੇ ਔਜ਼ਾਰ ਸੋਨੇ ਦੇ ਬਣਾ ਦਿੰਦੀ ਹੈ, ਮਾਇਆ 'ਤੇ ਬੜਾ ਪ੍ਰਭਾਵ ਪਾਉਂਦੀ ਹੈ। ਪਰ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਅਸੀਂ ਦੂਰ ਰਹਿੰਦੇ ਹਾਂ, ਇਸ ਕਰਕੇ ਸਾਨੂੰ ਇਹ ਮਾਇਆ ਜਿਹੜੀ ਹੈ ਨਾ ਇਹ ਨਹੀਂ ਚਾਹੀਦੀ। ਸਾਡੇ ਕੋਲ ਤਾਂ ਨਾਮ ਦਾ ਧਨ ਹੈ। ਕਾਠ ਨਾ ਬਾਦੋ ਵੇਚ ਨਾ ਖਾਓ, ਤੇ ਗੁਰਮੁਖੋ ਜਿਹੜੇ ਸੂਮ ਲੋਕ ਹੁੰਦੇ ਨਾ ਜਿਹਨੂੰ ਆਪਾਂ ਕਹਿ ਦਿੰਦੇ ਕੰਜੂਸ, ਕੰਜੂਸ ਦੇ ਕੋਲ ਜੇ ਮਾਇਆ ਆ ਜਾਵੇ ਨਾ ਉਹ ਗੱਠ ਬੰਨ ਕੇ ਰੱਖ ਲੈਂਦਾ, ਹਵਾ ਨਹੀਂ ਲੱਗਣ ਦਿੱਤਾ, ਤਿਉਰੀ ਵਿੱਚ ਰੱਖ ਕੇ ਤਿਉਰੀ ਵੀ ਉਹ ਲੈ ਕੇ ਆਉਂਦਾ ਜਿਹਨੂੰ ਚਾਰ ਪੰਜ ਤਾਲੇ ਲੱਗ ਜਾਣ, ਲੋਕ ਲੱਗ ਜਾਣ ਵੀ ਕੱਢ ਨਾ ਸਕੇ। ਸੂਮੈ ਧਨ ਰੱਖਣ ਕੋ ਦੀਆ,
ਮੁਗਧ ਕਹਿ ਧਨ ਮੇਰਾ। ਸੂ ਬੰਦੇ ਨੂੰ ਤੇ ਰੱਬ ਨੇ ਮਾਇਆ ਸੰਭਾਲਣ ਵਾਸ ਦਿੱਤੀ ਵੀ ਸੱਪ ਬਣ ਕੇ ਬੈਠਾ ਰਹੋ, ਨਾ ਤੂੰ ਵਰਤਣੀ ਹੈ ਤੇ ਨਾ ਕਿਸੇ ਨੂੰ ਦੇਣੀ ਹੈ। ਚਮੜੀ ਜਾਏ ਪਰ ਦਮੜੀ ਨਾ ਜਾਏ, ਇਹ ਕੰਜੂਸਾਂ ਦੀ ਹਾਲਤ ਹੈ। ਕਹਿਣ ਲੱਗੇ ਵੀ ਜਿਹੜੇ ਕੰਜੂਸ ਨੇ ਗਾਂਠ ਬੰਨ ਕੇ ਰੱਖਦੇ, ਹਰ ਵੇਲੇ ਕਿਸੇ ਨੂੰ ਚਵਾਨੀ ਤੱਕ ਨਹੀਂ ਜਾਣ ਦਿੰਦੇ, ਐਸੀ ਉਹਨਾਂ ਦੀ ਹਾਲਤ ਹੈ। ਐਸੇ ਤਰ੍ਹਾਂ ਗੁਰਮੁਖੋ ਅਵਧੂਤ ਗੁਰੂ ਹੋਏ, ਅਵਧੂਤ ਗੁਰੂ ਜਿਹੜੇ ਨੇ ਉਹ ਕਿਸੇ ਨੂੰ ਉਪਦੇਸ਼ ਨਹੀਂ ਦਿੰਦੇ। ਕਿਉਂ ਨਹੀਂ ਦਿੰਦੇ? ਜਦੋਂ ਉਹਨਾਂ ਨੂੰ ਉਪਦੇਸ਼ ਮਿਲਿਆ ਸੀ ਨਾ, ਅਤੇ ਉਪਦੇਸ਼ ਦੇਣ ਵਾਲੇ ਗੁਰੂ ਨੇ ਆਖਿਆ ਸੀ ਐ ਅਵਧੂਤ ਸਾਧੂ, ਤੂੰ ਇਹ ਉਪਦੇਸ਼ ਕਿਸੇ ਨੂੰ ਗਾਂਹ ਨਹੀਂ ਦੇਣਾ, ਜੇ ਤੂੰ ਦੇਵੇਂਗਾ ਤੇਰੇ ਹੱਥ ਵੱਢੇ ਜਾਣਗੇ, ਜੇ ਤੂੰ ਦੇਵੇਂਗਾ ਤੂੰ ਨਰਕਾਂ ਵਿੱਚ ਪਵੇਂਗਾ। ਅਵਧੂਤ ਸਾਧੂ ਨੇ ਇਹੋ ਜਿਹੀ ਗੱਠ ਬੱਧੀ ਹੈ। ਉਹਨਾਂ ਨੇ ਚੇਲੇ ਤਾਂ ਬੜੇ ਬਣਾ ਲਏ ਪਰ ਚੇਲੇ ਨੂੰ ਅੱਗੇ ਨਾਮ ਨਹੀਂ ਦੱਸਿਆ ਵੀ ਨਾਮ ਵੀ ਜਪੀਦਾ। ਸੇਵਾ ਕਰਦੇ ਰਹੋ ਸਾਡੀ ਪਰ ਨਾਮ ਨਹੀਂ ਤੁਹਾਨੂੰ ਦੇਵਾਂਗੇ। ਇਸ ਤਰ੍ਹਾਂ ਦੇ ਅਵਧੂਤ ਸਾਧੂ ਹੋਏ ਦੁਨੀਆਂ 'ਤੇ, ਪਰ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਆਈ ਵੀ ਸਾਨੂੰ ਵੀ ਤਾਂ ਦੱਸਿਆ ਹੀ ਹੈ ਨਾ ਗੁਰੂ ਨੇ, ਗੁਰੂ ਦੇ ਕਿਉਂ ਨਾ ਹੱਥ ਵੱਢੇ ਗਏ ਫਿਰ, ਜਾਂ ਗੁਰੂ ਨੂੰ ਕਿਉਂ ਨਾ ਸਜ਼ਾ ਮਿਲੀ ਜਿਹਨੇ ਸਾਨੂੰ ਦੱਸਿਆ। ਮਹਾਰਾਜ ਕਹਿਣ ਲੱਗੇ, ਕਬੀਰ ਸਾਹਿਬ ਜੀ ਕਹਿਣ ਲੱਗੇ, ਗਾਂਠ ਨਾ ਬੰਨ੍ਹੋ। ਮੈਂ ਉਹਨਾਂ ਅਵਧੂਤ ਸਾਧੂਆਂ ਦੇ ਵਾਂਗੂ ਨਾਮ ਨੂੰ ਗੰਢ ਬੰਨ੍ਹ ਕੇ ਨਹੀਂ ਰੱਖਾਂਗਾ ਵੀ ਕਿਸੇ ਨੂੰ ਦੇਣਾ ਹੀ ਨਹੀਂ ਹੈ। ਜਿਵੇਂ ਕੰਜੂਸ ਬੰਦਾ ਧਨ ਦੀ ਗੰਢ ਬੰਨ੍ਹ ਲੈਂਦਾ ਕਿਸੇ ਨੂੰ ਦਿੰਦਾ ਨਹੀਂ, ਪਰ ਜਿਹੜਾ ਬੰਦਾ ਵਰਤ ਵਰਤਾ ਵਾਲਾ ਹੈ ਉਹ ਮਾਇਆ ਆਪਣੇ ਵਾਸਤੇ ਵੀ ਖਰਚਦਾ ਅਤੇ ਦੂਜਿਆਂ ਵਾਸਤੇ ਵੀ ਖਰਚਦਾ ਹੈ, ਦੂਜਿਆਂ ਦਾ ਵੀ ਭਲਾ ਕਰਦਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਬਿਲਕੁਲ ਇਹ ਜਿਹੜਾ ਨਾਮ ਰੂਪੀ ਧਨ ਹੈ ਨਾ, ਅਸੀਂ ਵੀ ਉਹਨਾਂ ਅਵਧੂਤ ਸਾਧੂਆਂ ਵਾਂਗੂ ਗੰਢ ਬੰਨ੍ਹ ਕੇ ਨਹੀਂ ਰੱਖਾਂਗੇ ਵੀ ਦੇਣਾ ਹੀ ਨਹੀਂ ਕਿਸੇ ਨੂੰ, ਭਲਾ ਹੀ ਨਹੀਂ ਕਰਨਾ। ਸਾਡੇ ਕੋਲ ਤਾਂ ਜਿਹੜਾ ਉੱਤਮ ਅਧਿਕਾਰੀ ਆ ਜਾਵੇਗਾ ਨਾ, ਜਿਹਨੂੰ ਵੇਖਾਂਗੇ ਵੀ ਆਹ ਅਧਿਕਾਰੀ ਹੈ ਨਾਮ ਜਪਣ ਦਾ, ਇਹਨੂੰ ਨਾਮ ਦੇਣਾ ਚਾਹੀਦਾ। ਕਹਿੰਦੇ ਬਿਲਕੁਲ ਦੇਵਾਂਗੇ, ਗਾਂਠ ਨਾ ਬੰਨ੍ਹੋ। ਮੈਂ ਗੰਢ ਬੰਨ੍ਹ ਕੇ ਨਹੀਂ ਰੱਖਾਂਗਾ ਵੀ ਦੇਣਾ ਨਹੀਂ ਕਿਸੇ ਨੂੰ ਨਾਮ, ਅਧਿਕਾਰੀ ਜਾਣ ਕੇ ਅਸੀਂ ਨਾਮ ਜ਼ਰੂਰ ਦਿੰਦੇ ਹਾਂ। ਅਤੇ ਗੁਰਮੁਖੋ ਜਿਸ ਤਰ੍ਹਾਂ ਪੰਡਿਤ ਲੋਕ ਵਿਦਿਆ ਨਹੀਂ ਵੇਚਦੇ, ਮੇਰੇ ਕੋਲੋਂ ਆਹ ਪੂਜਾ ਕਰਾਓਗੇ ਤਾਂ ਉਹਦੇ ਇੰਨੇ ਪੈਸੇ ਲੱਗਣਗੇ, ਆਹ ਮੇਰੇ ਕੋਲ ਮੰਤਰ ਪੜ੍ਹਾਓਗੇ ਤਾਂ ਉਹਦੇ ਇੰਨੇ ਪੈਸੇ ਲੱਗਣਗੇ। ਕਬੀਰ ਸਾਹਿਬ ਜੀ ਕਹਿਣ ਲੱਗੇ, ਅਸੀਂ ਵੀ ਨਾਮ ਦੇ ਧਨ ਨੂੰ ਵੇਚਦੇ ਨਹੀਂ ਵੀ ਲਿਆਓ ਭਾਈ 500 ਦਾ ਮੱਥਾ ਟੇਕੋ ਅਤੇ ਮੇਰੇ ਕੋਲੋਂ ਨਾਮ ਲੈ ਕੇ ਜਾਓ, ਮੇਰੇ ਵਾਸਤੇ ਦੁਸ਼ਾਲਾ ਪੁਸ਼ਾਕ ਲੈ ਕੇ ਆਓ ਅਤੇ ਮੇਰੇ ਕੋਲੋਂ ਨਾਮ ਲੈ ਕੇ ਜਾਓ। ਕਹਿੰਦੇ ਵੇਚ ਨਾ ਖਾਓ। ਜਿਵੇਂ ਪੰਡਿਤ ਲੋਕ ਅਤੇ ਕਾਜੀ ਲੋਕ ਨਾਮ ਨੂੰ ਵੇਚਦੇ, ਉਹਨਾਂ ਨੇ ਸ਼ਰਤ ਰੱਖੀ ਹੋਈ ਹੈ ਵੀ ਇੰਨਾ ਤੁਹਾਨੂੰ ਧਨ ਦੇਣਾ ਪਵੇਗਾ ਫਲਾਣੇ ਮੰਤਰ ਦੇ ਜਾਪ ਵਾਸਤੇ। ਜੇ ਤੁਸੀਂ ਸਾਡੇ ਕੋਲੋਂ ਬੱਚਾ ਪੜ੍ਹਾਉਣਾ ਹੈ, ਬੱਚੇ ਪੜ੍ਹਾਉਣ ਦੀ ਇੰਨੀ ਫੀਸ ਲੱਗੇਗੀ ਸਾਡੇ ਕੋਲ ਆ ਕੇ, ਤਾਂ ਬੱਚੇ ਨੂੰ ਪੜ੍ਹਾਵਾਂਗੇ। ਅਤੇ ਉਹਨਾਂ ਸਮਿਆਂ ਵਿੱਚ ਗੁਰਮੁਖੋ ਜਦੋਂ ਕਿਸੇ ਪੰਡਿਤ ਕੋਲ ਜਾਂ ਕਾਜੀ ਕੋਲ ਬੱਚੇ ਨੂੰ ਪੜ੍ਹਨ ਭੇਜਣਾ ਨਾ, ਉਹਦੇ ਵਾਸਤੇ ਪਹਿਲਾਂ ਸੋਹਣੀਆਂ ਪੁਸ਼ਾਕਾਂ, ਉਹਦੇ ਵਾਸਤੇ ਮਾਇਆ ਅਤੇ ਧਨ ਲੈ ਕੇ ਜਾਣਾ ਵੀ ਲੈ ਭਾਈ ਸਾਡੇ ਵੱਲੋਂ ਫਿਰ ਵੀ ਤੈਨੂੰ ਦਿੰਦੇ ਰਹਾਂਗੇ ਅਤੇ ਸਾਡੇ ਬੱਚੇ ਨੂੰ ਪੜ੍ਹਾ। ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਸਾਖੀ ਜਦੋਂ ਪੜ੍ਹਦੇ ਹੋ ਨਾ, ਬਾਬਾ ਕਲਿਆਣ ਚੰਦ ਜੀ ਸਤਿਗੁਰਾਂ ਦੇ ਪਿਤਾ ਜਦੋਂ ਸਤਿਗੁਰਾਂ ਨੂੰ ਪੜ੍ਹਾਉਣ ਵਾਸਤੇ ਪਾਂਧੇ ਕੋਲ ਲੈ ਕੇ ਗਏ ਅਤੇ ਉਸ ਵੇਲੇ ਥਾਲ ਦੇ ਵਿੱਚ ਰੁਪਈਏ ਪਾ ਕੇ ਲੈ ਕੇ ਗਏ, ਕਿਉਂਕਿ ਉਹ ਕਹਿੰਦੇ ਸਨ ਵੀ ਸਾਨੂੰ ਪਹਿਲਾਂ ਦਕਸ਼ਣਾ ਦਿਓਗੇ ਫਿਰ ਅਸੀਂ ਇਹ ਸ਼ੁਭ ਮੁਹੂਰਤ ਵੇਖ ਕੇ ਅਤੇ ਵਿੱਦਿਆ ਪੜ੍ਹਾਉਣੀ ਸ਼ੁਰੂ ਕਰਾਂਗੇ। ਅਤੇ ਜੇ ਵਿੱਦਿਆ ਮਾਇਆ ਨਹੀਂ ਦਿਓਗੇ ਤਾਂ ਫਿਰ ਉਹ ਮੁਹੂਰਤ ਆਉਣਾ ਹੀ ਨਹੀਂ, ਵਿੱਦਿਆ ਪੜ੍ਹਾਉਣ ਵਾਲਾ ਸਾਰੇ ਮੁਹੂਰਤ ਨਿਕੰਮੇ ਹੋ ਜਾਣੇ ਉਸ ਵੇਲੇ। ਕਹਿਣ ਲੱਗੇ ਪੰਡਿਤ ਲੋਕ ਜਿਹੜੇ ਨੇ ਉਹ ਵਿੱਦਿਆ ਨੂੰ ਵੇਚਦੇ ਨੇ, ਮਾਇਆ ਕਾਰਨ ਵਿੱਦਿਆ ਵਿੱਚ ਹੈ ਸੋ ਜਨਮ ਬਿਰਥਾ ਜਾਈ, ਗੁਰਬਾਣੀ ਦਾ ਬਚਨ ਹੈ। ਮਾਇਆ ਵਾਸਤੇ ਵਿੱਦਿਆ ਪੜ੍ਹ ਪੜ੍ਹ ਕੇ ਵੇਚਦੇ ਰਹੇ, ਆਪ ਨਹੀਂ ਕਮਾਈ, ਜਨਮ ਹੀ ਵਿਅਰਥ ਚਲੇ ਗਿਆ। ਕਬੀਰ ਸਾਹਿਬ ਜੀ ਕਹਿਣ ਲੱਗੇ ਵੇਚ ਨਾ ਖਾਓ।
ਮੈਂ ਨਾਮ ਨੂੰ ਵੇਚਦਾ ਨਹੀਂ ਵੀ ਆਓ ਮੇਰੀ ਸੰਗਤ ਵਿੱਚ ਬੈਠੋ ਅਤੇ ਮੈਨੂੰ ਪੰਜ ਪੰਜ ਰੁਪਈਏ ਦਿਓ ਲਿਆ ਕੇ, ਨਹੀਂ। ਇਹ ਤਾਂ ਅਸੀਂ ਉੱਤੋਂ ਅਧਿਕਾਰੀ ਵੇਖਦੇ ਹਾਂ, ਜਿਹੜਾ ਵੀ ਇਹ ਯੋਗ ਹੈ ਨਾਮ ਜਪਣ ਦੇ, ਉਹਨੂੰ ਅਸੀਂ ਕਹਿੰਦੇ ਹਾਂ ਵੀ ਆਹ ਭਾਈ ਪਿਆਰਿਆ ਤੂੰ ਵੀ ਨਾਮ ਜਪ ਦੇ, ਅਸੀਂ ਵੀ ਨਾਮ ਜਪੀਏ। ਅਧਿਕਾਰੀ ਵੇਖ ਕੇ ਦਿੰਦੇ, ਪਰ ਨਾਮ ਦੀ ਕੀਮਤ ਨਹੀਂ ਲੈਂਦੇ ਕਿਸੇ ਕੋਲੋਂ ਵੀ ਇੰਨੀ ਕੀਮਤ ਦੇਵੇਂਗਾ ਅਤੇ ਤਾਂ ਹੀ ਤੇਰਾ ਇਹ ਨਾਮ ਜਪਣਾ ਸਫਲਾ ਹੋਣਾ। ਕਹਿੰਦੇ ਐਸਾ ਸਾਡਾ ਜੀਵਨ ਨਹੀਂ ਹੈ। ਨਾ ਮੇਰੀ ਖੇਤੀ ਨਾ ਮੇਰੇ ਬਾਰੀ। ਇੰਨੇ ਚਿਰ ਨੂੰ ਇਹ ਕਿਸਾਨ ਆ ਗਿਆ ਕਬੀਰ ਸਾਹਿਬ ਜੀ ਨੂੰ, ਕਹਿੰਦਾ ਕਬੀਰ ਸਾਹਿਬ ਥੋੜ੍ਹੀ ਜਿਹੀ ਜ਼ਮੀਨ ਦੇ ਦਈਏ, ਤੁਹਾਨੂੰ ਕਿੱਲਾ ਦੋ ਕਿੱਲੇ ਉੱਥੇ ਹਲਵਾ ਛੱਡਿਆ ਕਰੋ ਅਤੇ ਸਬਜ਼ੀਆਂ ਭਾਜੀਆਂ ਉਗਾਇਆ ਕਰੋ ਅਤੇ ਨਾਲੇ ਆਪ ਛਕਿਆ ਕਰੋ ਅਤੇ ਨਾਲੇ ਆ ਜਿਹੜੇ ਸਾਧੂ ਸੰਤ ਆਏ ਇਹਨਾਂ ਨੂੰ ਵੀ ਭਾਈ ਛਕਾ ਛੱਡਿਆ ਕਰੋ ਅਤੇ ਖੇਤੀ ਵਾਹ ਲੈਣੀ ਚਾਹੀਦੀ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਨਾ ਉਹ ਮੇਰੇ ਖੇਤੀ। ਪਰਮਾਤਮਾ ਦਾ ਨਾਮ ਜਪਣਾ ਹੀ ਸਾਡੇ ਵਾਸਤੇ ਖੇਤੀ ਹੈ। ਨਾਮ ਜਪਣਾ ਹੀ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੂਖ ਸੁਹਾਗਾ ਰੱਖ ਗਰੀਬੀ ਵੇਸ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਆਖਿਆ। ਕਹਿਣ ਲੱਗੇ ਭਾਈ ਬਚਨ ਇਹ ਮਨ ਹਾਲੀ, ਮਨ ਨੂੰ ਹਾਲੀ ਬਣਾ ਛੱਡਿਆ ਹੈ। ਮਨ ਹਾਲੀ ਕਿਰਸਾਨੀ ਕਰਨੀ, ਇਹ ਕਿਰਸਾਨੀ ਖੇਤੀ ਕਰਦੇ ਪਏ। ਸਰਮ ਪਾਣੀ ਜਿਹੜਾ ਵਿਸ਼ੇ ਵਿਕਾਰਾਂ ਵੱਲੋਂ ਸ਼ਰਮ ਰੱਖਣੀ ਹੈ ਨਾ, ਕਿਸੇ ਧੀ ਭੈਣ ਨੂੰ ਵੇਖ ਕੇ ਅੱਖਾਂ ਨੀਵੀਆਂ ਕਰ ਲੈਣੀਆਂ, ਇਹ ਅਸੀਂ ਪਾਣੀ ਪਾਉਂਦੇ ਪਏ ਹਾਂ ਆਪਣੀ ਖੇਤੀ ਨੂੰ। ਕੋਈ ਚੁਗਲੀ ਕਰਦਾ ਪਿਆ ਤਾਂ ਆਪਣੇ ਕੰਨਾਂ ਨੂੰ ਹਟਾ ਲੈਣਾ ਵੀ ਨਹੀਂ ਇਹ ਬਚਨ ਨਹੀਂ ਸੁਣਨਾ, ਇਹ ਸ਼ਰਮ ਧਾਰਨ ਕਰੀ ਬੈਠੇ ਹਾਂ। ਕੋਈ ਨਿੰਦਿਆ ਚੁਗਲੀ ਕਰਦਾ ਪਿਆ ਉਹਦੀ ਹਾਂ ਵਿੱਚ ਹਾਂ ਮਿਲਾ ਕੇ ਆਪ ਵੀ ਨਹੀਂ ਕਿਸੇ ਦੀ ਮੈਲ ਧੋਣ ਲੱਗ ਪੈਣਾ, ਉੱਥੋਂ ਕਿਨਾਰਾ ਹੀ ਕਰ ਦੇਣਾ ਭਾਈ ਮੈਂ ਤਾਂ ਜਪਜੀ ਸਾਹਿਬ ਦਾ ਪਾਠ ਕਰਨ ਲੱਗਾ। ਇਸ ਤਰ੍ਹਾਂ ਸ਼ਰਮ ਧਾਰਨ ਕੀਤੀ, ਗੁਰਮੁਖ ਬਚਦੇ। ਗੁਰਮੁਖੋ ਸਾਡੇ ਕੋਲ ਕੋਈ ਨਿੰਦਿਆ ਕਰੇ ਨਾ, ਅਸੀਂ ਝੱਟ ਹੀ ਉਹਦੀ ਹਾਂ ਵਿੱਚ ਹਾਂ ਮਿਲਾ ਕੇ ਦੋ ਚਾਰ ਗੱਲਾਂ ਆਪ ਵੀ ਕਰਦੇ। ਗੁਰਮੁਖਾਂ ਦਾ ਜੀਵਨ ਕੀ ਹੈ? ਉਹ ਕਹਿੰਦੇ ਚੰਗਾ ਭਾਈ ਤੁਸੀਂ ਗੱਲਾਂ ਬਾਤਾਂ ਕਰੋ, ਮੇਰਾ ਤਾਂ ਭਾਈ ਹੁਣ ਨਿਤਨੇਮ ਦਾ ਸਮਾਂ, ਮੈਂ ਜਪਜੀ ਸਾਹਿਬ ਦਾ ਪਾਠ ਕਰ ਲਾਂ। ਪਾਸੇ ਹੋ ਗਿਆ, ਨਾਲੇ ਤਾਂ ਬਾਣੀ ਪੜ੍ਹ ਲਈ, ਨਾਲੇ ਪਾਪ ਤੋਂ ਬਚ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਰਮ ਪਾਣੀ, ਇਹ ਚੁਗਲੀ ਵੱਲੋਂ ਵੀ ਸ਼ਰਮ ਆ ਗਈ ਹੈ, ਸੁਣਨ ਵੱਲੋਂ ਵੀ, ਵੇਖਣ ਵੱਲੋਂ ਵੀ। ਹੱਥਾਂ ਦੇ ਨਾਲ ਮਾੜਾ ਕਰਮ ਨਹੀਂ ਕਰਨਾ, ਪੈਰਾਂ ਨਾਲ ਮਾੜੇ ਪਾਸੇ ਨਹੀਂ ਜਾਣਾ, ਇੱਧਰੋਂ ਸ਼ਰਮ ਧਾਰਨ ਕਰ ਲਈ ਹੈ। ਪਾਤਸ਼ਾਹ ਕਹਿਣ ਲੱਗੇ ਸਰਮ ਪਾਣੀ, ਇਹ ਹੈ ਪਾਣੀ ਲਾਉਣਾ ਖੇਤੀ ਨੂੰ। ਅਤੇ ਤਨ ਖੇਤ, ਸਰੀਰ ਹੈ ਖੇਤ, ਇਹਦੇ ਵਿੱਚ ਫਿਰ ਫਸਲ ਬੀਜੀ ਹੈ। ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ, ਨਾਮ ਦਾ ਬੀਜ ਬੀਜਿਆ। ਹੁਣ ਜਦੋਂ ਬੀਜ ਬੀਜਾਂਗੇ, ਧਰਤੀ ਦਾ ਇੱਕ ਸੁਭਾਅ ਇਹ ਹੈ ਵੀ ਜਿੰਨਾ ਆਪਾਂ ਦਾਣਾ ਪਾਉਂਦੇ ਹਾਂ, ਬੀਜ ਪਾਉਂਦੇ ਹਾਂ, ਧਰਤੀ ਉਸ ਤੋਂ ਕਈ ਗੁਣਾ ਵੱਧ ਫਲ ਦਿੰਦੀ ਹੈ। ਨਾਮ ਦਾ ਵੀ ਇਹੋ ਹੀ ਅਸੂਲ ਹੈ। ਨਾਮ ਤੁਸੀਂ ਜਪੋਗੇ ਨਾ, ਨਾਮ ਵੀ ਬੜੀਆਂ ਹੀ ਬਰਕਤਾਂ ਦਿੰਦਾ। ਪਾਠ ਤਾਂ ਅਸੀਂ ਇੱਕ ਕੀਤਾ, ਫਲ ਉਹਦੇ ਵਿੱਚੋਂ ਬਹੁਤਾ ਮਿਲਦਾ। ਜਿਵੇਂ ਬਚਨ ਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਪਏ। ਪਾਠ ਤਾਂ ਇੱਕ ਸੁਣਾਇਆ ਹੈ, ਮਹਿੰਗਾ ਘੋੜਾ ਅਤੇ ਸੋਨੇ ਦੀ ਕਾਠੀ ਦਾ ਫੁਰਨਾ ਮਨ ਵਿੱਚ ਆਇਆ। ਭਾਵੇਂ ਕਿ ਉਹ ਸਾਰੀ ਜ਼ਿੰਦਗੀ ਕਮਾਈ ਕਰਦਾ, ਇੰਨਾ ਮਹਿੰਗਾ ਘੋੜਾ ਖਰੀਦ ਨਹੀਂ ਸੀ ਸਕਦਾ। 1,25,000 ਰੁਪਈਆ ਉਹਨਾਂ ਸਮਿਆਂ ਵਿੱਚ ਘੋੜੇ ਦੀ ਕੀਮਤ, ਅਤੇ 1,25,000 ਰੁਪਈਆ ਕਾਠੀ ਦੀ ਕੀਮਤ 2,50,000 ਬਣ ਗਿਆ। 2,50,000 ਤਾਂ ਅੱਜ ਇਕੱਠਾ ਕਰਨਾ ਹੋਵੇ ਤਾਂ ਬੈਂਕ ਵਾਲੇ ਲੋਨ ਨਹੀਂ ਦਿੰਦੇ ਵੀ ਭਾਈ ਤੇਰੀ ਇੰਨੀ ਔਕਾਤ ਨਹੀਂ ਹੈ। ਉਹਨਾਂ ਸਮਿਆਂ ਵਿੱਚ 2,50,000 ਤਾਂ ਹੋ ਸਕਦਾ ਕਿਸੇ ਨੇ ਸੁਣਿਆ ਨਾ ਹੋਵੇ, ਉਹ ਕਿੱਥੋਂ ਖਰੀਦ ਸਕਦਾ ਸੀ? ਪਰ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਸੁਣਾਇਆ। ਸਤਿਗੁਰੂ ਕਹਿਣ ਲੱਗੇ ਗੁਰੂ ਕਿਹਾ ਸਿੱਖਾ ਹੈ ਤਾਂ ਕੁਝ ਵੀ ਨਹੀਂ, ਗੁਰਬਾਣੀ ਦੇ ਅੱਗੇ ਇਹ ਤਾਂ ਤੁੱਛ ਹੀ ਹੈ, ਉਸੇ ਵੇਲੇ ਸਭ ਕੁਝ ਮਿਲਿਆ।
ਪਾਤਸ਼ਾਹ ਕਹਿੰਦੇ ਜਦੋਂ ਨਾਮ ਜਪਦਾ ਹੈ ਨਾ, ਇਹ ਧਰਤੀ ਦਾ ਸੁਭਾਅ ਇਹ ਹੈ ਵੀ ਜਿੰਨਾ ਬੀ ਪਾਈਏ ਕਈ ਗੁਣਾ ਵੱਧ, ਨਾਮ ਦਾ ਇਹ ਸੁਭਾਅ ਹੈ ਵੀ ਜਪੇਗਾ ਤਾਂ ਕਈ ਪਦਾਰਥ ਮਿਲ ਜਾਂਦੇ, ਜਦੋਂ ਪਦਾਰਥ ਮਿਲ ਜਾਂਦੇ ਫਿਰ ਬੰਦੇ ਨੂੰ ਮਾਣ ਵੀ ਆ ਜਾਂਦਾ, ਹੰਕਾਰ ਵੀ ਆ ਜਾਂਦਾ। ਇਸ ਕਰਕੇ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਉਹਦੇ ਉੱਪਰ ਸੰਤੋਖ ਦਾ ਸੁਹਾਗਾ ਮਾਰ ਕੇ ਰੱਖ, ਪਰਮਾਤਮਾ ਜੋ ਦਿੱਤਾ ਇੰਨਾ ਹੀ ਬੜਾ ਹੈ, ਇਹਦੇ ਵਿੱਚ ਹੀ ਮੇਰਾ ਭਲਾ, ਹੋਰ ਕੁਝ ਨਹੀਂ ਚਾਹੀਦਾ। ਨਾਮ ਬੀਜ ਸੰਤੋਖ ਸੁਹਾਗਾ, ਅੱਗੇ ਬਚਨ ਆ ਗਿਆ ਰੱਖ ਗਰੀਬੀ ਵੇਸ, ਨਿਮਰਤਾ ਵਾਲਾ ਤੇਰਾ ਬੇਸ ਹੋਣਾ ਚਾਹੀਦਾ, ਤੇਰੀ ਜ਼ੁਬਾਨ ਵਿੱਚ ਨਿਮਰਤਾ ਹੋਵੇ, ਤੇਰੇ ਮਨ ਵਿੱਚ ਨਿਮਰਤਾ ਹੋਵੇ, ਤੇਰੇ ਪਹਿਰਾਵੇ ਵਿੱਚ ਨਿਮਰਤਾ ਹੋਵੇ। ਅਤੇ ਗੁਰਮੁਖੋ ਅੱਜ ਕੱਲ੍ਹ ਤਾਂ ਕੁੜਤਾ ਭਾਵੇਂ ਮੰਗਵਾਂ ਹੀ ਪਾਇਆ ਹੋਵੇ ਤਾਂ ਬੰਦਾ ਉਹ ਵੀ ਚੌੜਾ ਹੋ ਕੇ ਵਿਖਾਉਂਦਾ ਵੀ ਆਹ ਮੈਂ ਪਾ ਕੇ ਆਇਆ, ਮੰਗਵੀ ਚੀਜ਼ ਦਾ ਹੀ ਮਾਣ ਕਰੀ ਜਾਂਦਾ। ਮਹਾਰਾਜ ਕਹਿੰਦੇ ਰੱਖ ਗਰੀਬੀ ਵੇਸ, ਵੀ ਸਭ ਕੁਝ ਹੁੰਦਿਆਂ ਨੀਵਾਂ ਹੋ ਕੇ ਰਹਿ, ਅਤੇ ਇਹ ਕੀ ਕਰਦਾ, ਪੈਸਾ ਬਾਅਦ ਵਿੱਚ ਆਉਂਦਾ, ਗੋਡਿਆਂ ਕੋਲੋਂ ਪੈਂਟ ਪਹਿਲਾਂ ਪਾੜ ਲੈਂਦਾ ਵੀ ਆਹ ਵੇਖੋ ਮੈਂ ਨੰਗਾ ਹੁੰਦਾ ਪਿਆ, ਪਾਟੀਆਂ ਪੈਂਟਾਂ ਪਾਟੀਆਂ ਸ਼ਰਟਾਂ ਪਾ ਲਈਆਂ ਗਾ। ਮਹਾਰਾਜ ਤੇ ਗਰੀਬੀ ਵਾਲਾ ਵੇਸ ਵੀ ਨਿਮਰਤਾ ਵਾਲਾ ਰੱਖ, ਵੀ ਤੂੰ ਚੰਗੇ ਘਰਾਣੇ ਨਾ ਮਾਂ ਬਾਪ ਦੀ ਇੱਜ਼ਤ ਵੱਲ ਵੇਖ। ਅਤੇ ਇਹ ਤਾਂ ਮੋਬਾਈਲ ਖੋਲ੍ਹ ਕੇ ਅਤੇ ਰੀਲਾਂ ਹੀ ਇਹੋ ਜਿਹੀਆਂ ਬਣਾਉਂਦਾ, ਲੱਕ ਹਿਲਾ ਹਿਲਾ ਕੇ ਲੋਕਾਂ ਨੂੰ ਵਿਖਾਉਂਦਾ ਪਿਆ ਵੀ ਮੈਂ ਵੀ ਬੇਸ਼ਰਮ ਹੋਇਆ ਅਤੇ ਤੁਸੀਂ ਵੀ ਹੋ ਜਾਓ ਮੇਰੇ ਨਾਲ ਵੇਖਣ ਵਾਲੇ। ਮਹਾਰਾਜ ਨੇ ਤਾਂ ਵਚਨ ਨਹੀਂ ਨਾ ਸਾਨੂੰ ਸਮਝਾਇਆ, ਪਾਤਸ਼ਾਹ ਨੇ ਸਮਝਾਇਆ ਇਹ ਹੈ ਵੀ ਭਾਈ ਤੂੰ ਆਪਣਾ ਸੁਭਾਅ ਨਿਮਰਤਾ ਵਾਲਾ ਬਣਾ ਲਾ, ਕਿਸੇ ਨੂੰ ਵਿਖਾ ਨਾ ਵੀ ਮੇਰੇ ਕੋਲ ਕੁਝ ਹੈ। ਅਤੇ ਗੁਰਮੁਖੋ ਅੱਜ ਕੱਲ੍ਹ ਮਾਇਆ ਦੇ ਹੀ ਇਹੋ ਜਿਹਾ ਪਵਾੜਾ, ਸਰੀਰ ਭਾਵੇਂ ਨੰਗਾ ਕਰਕੇ ਵਿਖਾਉਣਾ ਪਵੇ ਦੁਨੀਆ ਵਿਖਾਉਂਦੀ ਹੈ, ਪਰ ਪ੍ਰਸਿੱਧੀ ਮਿਲਣੀ ਚਾਹੀਦੀ ਹੈ ਵੀ ਲੋਕ ਆਖਣ ਵੀ ਉਹ ਫਲਾਣਾ ਜਾਂਦਾ ਹੈ ਜਿਹੜਾ ਮੋਬਾਈਲ 'ਤੇ ਨੰਗਾ ਹੋ ਜਾਂਦਾ ਹੈ, ਐਸਾ ਸੁਭਾਅ ਬਣ ਗਿਆ। ਬਾਥਰੂਮ ਦੇ ਵਿੱਚ ਜਾ ਕੇ ਵੀਡੀਓ ਬਣਨ ਲੱਗ ਪਈਆਂ, ਨਹਾਉਂਦਿਆਂ ਨਹੀਂ ਪਾਉਂਦੇ ਪਿਆ ਵੀ ਸਾਨੂੰ ਲੋਕੋ ਪਛਾਣ ਲਓ, ਆਹ ਵੇਖੋ ਅਸੀਂ ਨਹਾਉਂਦੇ ਪਏ ਹਾਂ ਬਾਥਰੂਮ 'ਚ ਆ ਗਏ, ਆਹ ਹੁਣ ਸਾਡਾ ਫਲਾਣਾ ਕਾਰਜ ਹੋ ਗਿਆ। ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਸੋਸ਼ਲ ਮੀਡੀਆ ਦੇ ਸਾਹਮਣੇ ਰੱਖ ਦਿੱਤਾ ਵੀ ਨਿੱਜੀ ਜ਼ਿੰਦਗੀ ਸਾਡੀ ਵੇਖੋ ਵੀ ਕਿਹੋ ਜਿਹੀ ਹੋ ਗਈ ਹੈ। ਅੱਜ ਮੈਂ ਮਾਸੀ ਦੇ ਗਿਆ, ਉੱਥੇ ਮੈਨੂੰ ਚਾਹ ਮਿਲੀ ਹੈ, ਉਹ ਚਾਹ ਦੀ ਫੋਟੋ ਖਿੱਚ ਕੇ ਪਾ ਦਿੱਤੀ। ਅੱਜ ਮਾਮੇ ਦੇ ਗਿਆ, ਉੱਥੋਂ ਮੈਨੂੰ ਆਹ ਸੂਟ ਮਿਲਿਆ, ਉਹ ਫੋਟੋ ਖਿੱਚ ਕੇ ਪਾ ਦਿੱਤੀ ਵੀ ਤੂੰ ਇਕੱਲਾ ਹੀ ਮਾਮੇ ਦੇ ਗਿਆ, ਸਾਰੀ ਦੁਨੀਆ ਮਾਮਿਆਂ ਤੋਂ ਜਾ ਕੇ ਆਈ ਹੈ ਅਤੇ ਸਭ ਨੂੰ ਸਾਰਾ ਕੁਝ ਮਿਲਦਾ ਪਿਆ, ਤੈਨੂੰ ਵੱਖਰਾ ਮਿਲ ਗਿਆ ਦੁਨੀਆ 'ਤੇ ਆ ਕੇ। ਬਸ ਇਹ ਦੁਨੀਆ ਵਿੱਚ ਵਿਖਾਵਾ ਹੀ ਰਹਿ ਗਿਆ। ਮਹਾਰਾਜ ਕਹਿੰਦੇ ਵਿਖਾਵੇ ਤੋਂ ਪਰੇ ਹੋ, ਰੱਖ ਗਰੀਬੀ ਵੇਸ, ਨਿਮਰਤਾ ਵਾਲਾ ਸੁਭਾਅ, ਨਿਮਰਤਾ ਵਾਲਾ ਤੇਰਾ ਜੀਵਨ ਹੋਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਇਹ ਸੰਸਾਰੀ ਖੇਤੀ ਨਹੀਂ ਚਾਹੀਦੀ, ਨਾਓ ਮੇਰੇ ਖੇਤੀ, ਨਾਮ ਜਪਣਾ ਹੀ ਮੇਰੇ ਵਾਸਤੇ ਖੇਤੀ ਹੈ। ਜਿਵੇਂ ਆਪਾਂ ਬਚਨ ਸਰਵਣ ਕੀਤੇ ਵੀ ਸਰਮ ਦਾ ਪਾਣੀ ਪਾਉਂਦੇ ਪਏ ਹਾਂ, ਨਾਮ ਦਾ ਬੀਜ ਬੀਜਦੇ ਪਏ, ਇਹੋ ਹੀ ਖੇਤੀ ਕਰਦੇ ਪਏ ਭਾਈ, ਸਾਡੇ ਵਾਸਤੇ ਇਹੋ ਹੀ ਖੇਤੀ ਹੈ। ਅਤੇ ਬਾਰੀ ਨਾਮ ਬਗੀਚੀ ਦਾ, ਹੁਣ ਕਈਆਂ ਕੋਲ ਵਿਚਾਰਿਆਂ ਕੋਲ ਜ਼ਮੀਨ ਨਹੀਂ ਹੈ, ਉਹਨਾਂ ਕੋਲ ਬਗੀਚਾ ਤਾਂ ਹੁੰਦਾ ਹੀ ਹੈ ਨਾ, ਘਰ ਵਿੱਚ ਦੋ ਗਮਲੇ ਰੱਖ ਲੈ, ਦੋ ਫੁੱਲ ਲਾ ਲੈ, ਕੋਈ ਇੱਥੇ ਨਿੰਬੂ ਦਾ ਬੂਟਾ ਲਾ ਲਿਆ ਵੀ ਚੱਲ ਨਿੰਬੂ ਹੀ ਛਕ ਲਿਆ ਕਰਾਂਗੇ ਕਿਤੇ। ਪਾਤਸ਼ਾਹ ਕਹਿਣ ਲੱਗੇ ਸਾਡੇ ਕੋਲ ਜਿਹੜਾ ਬਗੀਚਾ ਹੈ ਨਾ ਫੁੱਲਾਂ ਦਾ, ਇਹ ਨਾਮ ਦਾ ਹੀ ਬਗੀਚਾ, ਫੁੱਲ ਤਾਂ ਹੋ ਸਕਦਾ ਕਦੇ ਮੁਰਝਾ ਜਾਵੇ ਟੁੱਟ ਜਾਵੇ, ਨਾਮ ਦਾ ਬਗੀਚਾ ਕਦੇ ਨਹੀਂ ਮੁਰਝਾਉਂਦਾ, ਕਦੇ ਨਹੀਂ ਟੁੱਟਦਾ ਹੈ, ਇਹ ਸਦਾ ਹੀ ਬਣਿਆ ਰਹਿੰਦਾ। ਕਹਿਣ ਲੱਗੇ ਬਚਨੇ ਨਾਓ ਮੇਰੇ ਬਾਰੀ, ਨਾਮ ਜਪਣਾ ਹੀ ਮੇਰੇ ਵਾਸਤੇ, ਬਾਰੀ ਕਹੀਏ ਬਗੀਚੀ ਹੈ ਭਾਈ ਫੁੱਲਾਂ ਦੀ, ਇਹ ਨਾਮ ਦੀ ਮਹਿਮਾ ਹੈ। ਮਹਾਰਾਜ ਸਾਹਿਬ ਜੀ ਇਸੇ ਪੰਕਤੀ ਨੂੰ ਦੁਬਾਰਾ ਫਿਰ ਸਾਨੂੰ ਹੋਰ ਉਪਦੇਸ਼ ਦੇਣ ਵਾਸਤੇ ਬਖਸ਼ਿਸ਼ ਕਰਦੇ ਹਨ। ਗੁਰਮੁਖੋ ਨਾਓ ਨਾਮ ਹੈ ਪ੍ਰਸਿੱਧ ਦਾ, ਪਾਤਸ਼ਾਹ ਕਹਿਣ ਲੱਗੇ ਭਾਈ ਮੇਰੇ ਸ਼ੁਭ ਗੁਣਾਂ ਰੂਪੀ ਜਿਹੜੀ ਖੇਤੀ ਹੈ ਨਾ,
ਇਹ ਮੇਰੇ ਵਾਸਤੇ ਪ੍ਰਸਿੱਧ ਹੈ, ਇਹ ਨਾਮ ਦੀ ਖੇਤੀ ਨੇ ਮੈਨੂੰ ਪ੍ਰਸਿੱਧ ਕਰ ਦਿੱਤਾ ਹੈ। ਦਸਵੇਂ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਕਹਿੰਦੇ ਸਿੰਘੋ ਇਹ ਦੱਸੋ ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਹੋਏ ਰਾਜਾ ਕਿਹੜਾ ਸੀਗਾ? ਕਿਸੇ ਨੇ ਕੋਈ ਆਖਿਆ, ਕਿਸੇ ਨੇ ਕੋਈ ਆਖਿਆ, ਸਾਰੇ ਗਲਤ ਦੱਸ ਗਏ। ਅਤੇ ਪਾਤਸ਼ਾਹ ਕਹਿੰਦੇ ਕਬੀਰ ਸਾਹਿਬ ਹੋਏ ਉਹ ਕੌਣ ਸਨ? ਸਾਰਿਆਂ ਨੇ ਦੱਸਿਆ ਜੀ ਕਾਸ਼ੀ ਵਿੱਚ ਰਹਿੰਦੇ ਸਨ, ਇਸ ਤਰ੍ਹਾਂ ਇਸ ਤਰ੍ਹਾਂ। ਕਹਿੰਦੇ ਵੇਖੋ ਭਾਈ, ਨਾਮ ਦੀ ਪ੍ਰਸਿੱਧੀ ਹੈ ਨਾ, ਜਿਹੜਾ ਰਾਜਾ ਹੋਇਆ ਉਹਨੂੰ ਕੋਈ ਨਹੀਂ ਜਾਣਦਾ, ਜਿਹੜਾ ਗਰੀਬ ਭਗਤ ਹੋਇਆ ਉਹਨੂੰ ਸਾਰੀ ਦੁਨੀਆ ਜਾਣਦੀ ਪਈ ਹੈ। ਇਹ ਕਿੱਥੋਂ ਪ੍ਰਾਪਤੀ ਹੋਈ? ਕਹਿੰਦੇ ਨਾਮ ਕਰਕੇ ਪ੍ਰਸਿੱਧੀ ਹੁੰਦੀ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਰੱਬ ਦੇ ਭਗਤ ਪ੍ਰਗਟ ਪ੍ਰਸਿੱਧ ਹੋ ਜਾਂਦੇ ਸਾਰੇ ਥਾਵਾਂ 'ਤੇ। ਭਗਤ ਭਗਤ ਵਜਿਆ ਚੌਂ ਯੁੱਗਾਂ ਵਿੱਚ ਮਰੱਟਾ, ਭਾਈ ਗੁਰਦਾਸ ਨੇ ਲਿਖਿਆ, ਦੁਨੀਆ ਆਖਦੀ ਇਹ ਤਾਂ ਚਮਿਆਰ ਜਾਤੀ ਨਾਲ ਸੰਬੰਧ ਰੱਖਦਾ ਹੈ, ਰੱਬ ਦੇ ਭਗਤ ਕਹਿੰਦੇ ਉਹ ਤਾਂ ਭਗਤ ਹੈ, ਚੌਵਾਂ ਯੁੱਗਾਂ ਵਿੱਚ ਉਹਦੀ ਵਡਿਆਈ, ਉਹਦਾ ਮਾਣ ਸਨਮਾਨ, ਇਹ ਕਿਉਂ ਹੋਇਆ? ਕਹਿੰਦੇ ਨਾਮ ਜਪ ਕੇ ਹੋਇਆ ਭਾਈ। ਪਾਤਸ਼ਾਹ ਕਹਿਣ ਲੱਗੇ ਇਹ ਨਾਉ ਨਾਮ ਪ੍ਰਸਿੱਧੀ ਦਾ ਹੈ, ਇਹ ਭਾਈ ਨਾਮ ਜਪ ਕੇ ਪ੍ਰਸਿੱਧੀ ਪ੍ਰਾਪਤ ਹੁੰਦੀ ਹੈ, ਇਹ ਪ੍ਰਸਿੱਧੀ ਰੂਪੀ ਖੇਤੀ ਮਿਲੀ ਹੈ, ਦੁਬਾਰਾ ਫਿਰ ਬਖਸ਼ਦੇ ਹਨ। ਗੁਰਮੁਖੋ ਨਾਉ ਤੋਂ ਨਾਮ ਭਾਵ ਹੈ ਧਰਮ ਦਇਆ ਰੂਪੀ, ਇਹ ਬਾਰੀ ਬਗੀਚੀ ਹੈ, ਧਰਮ ਦੇ ਵਿੱਚ ਰਹਿਣਾ, ਧਰਮ ਤੋਂ ਬਾਹਰ ਕੁਝ ਨਾ ਕਰਨਾ, ਇਹੋ ਹੀ ਸਾਡੇ ਵਾਸਤੇ ਬਗੀਚੀ ਬਗੀਚਾ ਹੈ। ਧਰਮ ਦੇ ਵਿੱਚ ਰਹਿ ਕੇ ਧਰਮ ਕਰਮ ਦੇ ਕਾਰਜ ਕਰਨੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਨਾ ਬਹਾਦਰ ਸ਼ਾਹ ਨੂੰ, ਕਹਿੰਦੇ ਤੇਰੇ ਕਾਜੀ ਅਤੇ ਮੁਲਾਣੇ ਧਰਮ ਦੀਆਂ ਸੋਹਾਂ ਖਾਂਦੇ ਰਹਿ, ਤੇਰੇ ਵੱਡੇ ਵੱਡੇ ਵਜ਼ੀਰ ਵਜ਼ੀਰ ਖਾਨ ਵਰਗੇ ਕੁਰਾਨ ਦੀਆਂ ਸੋਹਾਂ ਖਾਂਦੇ ਰਹਿ। ਇਹਨਾਂ ਨੇ ਇਹ ਡਰ ਨਹੀਂ ਮੰਨਿਆ, ਦੁਨੀਆ ਦਾ ਰਾਜ ਤਾਂ ਸਦਾ ਨਹੀਂ ਰਹਿਣਾ, ਮਰ ਕੇ ਪ੍ਰਲੋਕ ਵਿੱਚ ਵੀ ਜਾਣਾ ਹੈ, ਧਰਮ ਤੋਂ ਝੂਠੇ ਪਵਾਂਗੇ ਅਤੇ ਸਜ਼ਾ ਮਿਲੇਗੀ। ਇਹਨਾਂ ਨੇ ਧਰਮ ਨੂੰ ਵੀ ਝੂਠਾ ਕਰ ਦਿੱਤਾ ਅਤੇ ਆਪ ਵੀ ਝੂਠੇ ਹੋ ਗਏ। ਸਾਨੂੰ ਪਤਾ ਸੀ ਵੀ ਇਹਨਾਂ ਨੇ ਦਗਾ ਦੇਣਾ ਹੈ, ਪਰ ਇਹਨਾਂ ਨੇ ਧਰਮ ਦੀ ਕਸਮ ਖਾਧੀ, ਅਸੀਂ ਉਸ ਧਰਮ 'ਤੇ ਇਤਬਾਰ ਕੀਤਾ, ਇਹਨਾਂ 'ਤੇ ਨਹੀਂ ਕੀਤਾ। ਇਹ ਤਾਂ ਸਾਨੂੰ ਪਤਾ ਸੀ ਵੀ ਇਹਨਾਂ ਨੇ ਇਹ ਕਰਨਾ, ਪਰ ਜਿਹੜੇ ਧਰਮ ਦੀ ਕਸਮ ਇਹ ਖਾਂਦੇ ਪਏ, ਅਸੀਂ ਧਰਮ 'ਤੇ ਇਤਬਾਰ ਕੀਤਾ ਕਿ ਅਸੀਂ ਖੁਦ ਧਰਮ ਧੁਰੰਦਰ ਹਾਂ, ਅਸੀਂ ਖੁਦ ਧਰਮ ਦੇ ਵਿੱਚ ਰਹਿਣ ਵਾਲੇ, ਦੂਜਿਆਂ ਧਰਮਾਂ ਦਾ ਵੀ ਸਤਿਕਾਰ ਕਰਦੇ। ਕਹਿਣ ਲੱਗੇ ਬਗੀਚੀ ਸਾਡੇ ਕੋਲ ਗੁਰਮੁਖੋ ਇਹ ਹੈ ਜੋ ਅਸੀਂ ਧਰਮ ਨੂੰ ਧਾਰਨ ਕੀਤਾ ਹੋਵੇ, ਧਰਮ ਦੇ ਵਿੱਚ ਰਹਿਣਾ, ਇਹ ਨਹੀਂ ਵੀ ਦੂਜਾ ਬੰਦਾ ਮਾੜਾ ਕੰਮ ਕਰਦਾ ਅਤੇ ਆਪ ਵੀ ਉਹਦੇ ਵੱਲ ਵੇਖ ਕੇ ਉਹੋ ਜਿਹੇ ਹੋ ਜਾਓ, ਨਹੀਂ ਆਪ ਧਰਮ ਦੇ ਵਿੱਚ ਹੀ ਰਹਿਣਾ ਹੈ। ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੂੰ ਸਿੱਖਾਂ ਨੇ ਇੱਕ ਵਾਰੀ ਸਵਾਲ ਕੀਤਾ ਸੀ ਨਾ, ਮਹਾਰਾਜ ਕਦੇ ਜੰਗ ਯੁੱਧ ਹੁੰਦਾ ਹੈ ਅਤੇ ਸਿੱਖਾਂ ਦੀਆਂ ਜਿਹੜੀਆਂ ਇਸਤਰੀਆਂ ਨੇ ਕਈ ਵਾਰੀ ਮੁਸਲਮਾਨ ਚੁੱਕ ਕੇ ਲੈ ਜਾਂਦੇ, ਅਤੇ ਪਾਤਸ਼ਾਹ ਸਾਨੂੰ ਵੀ ਤਾਂ ਬਦਲਾ ਲੈਣਾ ਚਾਹੀਦਾ ਹੈ ਨਾ, ਉਹਨਾਂ ਦੀਆਂ ਇਸਤਰੀਆਂ ਮੁਸਲਮਾਨਾਂ ਦੀਆਂ, ਉਹ ਬੀਬੀਆਂ ਸਾਨੂੰ ਵੀ ਲੈ ਆਉਣੀਆਂ ਚਾਹੀਦੀਆਂ, ਬਦਲਾ ਲੈਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਜੇ ਮੇਰਾ ਸਿੱਖ ਉਹਨਾਂ ਵਰਗੇ ਕੰਮ ਕਰੇਗਾ ਫਿਰ ਤੁਹਾਡਾ ਅਤੇ ਉਹਨਾਂ ਦਾ ਫਰਕ ਹੀ ਰਹਿ ਗਿਆ, ਉਹ ਤਾਂ ਨੀਵਾਂ ਕੁਕਰਮ ਕਰਦੇ ਪਏ, ਤੁਸੀਂ ਨਹੀਂ ਜਾਣਾ, ਹਮਨੇ ਲੈ ਜਾਣੋ ਪੰਥ ਉਚੇਰੇ, ਅਸੀਂ ਇਸ ਪੰਥ ਨੂੰ ਉੱਚਾ ਲੈ ਕੇ ਜਾਣਾ ਹੈ। ਇਸ ਤਰ੍ਹਾਂ ਦੇ ਮਾੜੇ ਕੰਮ ਆਪਾਂ ਨਹੀਂ ਉਹਨਾਂ ਵੱਲ ਵੇਖ ਕੇ ਕਰਨੇ, ਇਹ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਾਰਿਆਂ ਦੀਆਂ, ਇਹ ਤੁਸੀਂ ਨਹੀਂ ਗੁਰੂ ਕਿਉਂ ਸਿੱਖੋ ਜੀਵਨ ਆਪਣਾ ਖਰਾਬ ਕਰਨਾ। ਇਸ ਤਰ੍ਹਾਂ ਮਹਾਰਾਜ ਉਪਦੇਸ਼ ਦੇ ਕੇ ਭਲਾ ਕਰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਧਰਮ ਸਿਖਾਇਆ ਮਹਾਰਾਜ ਨੇ ਸਾਨੂੰ, ਇਹ ਧਰਮ ਰੂਪੀ ਬਗੀਚਾ ਹੈ, ਨਾਲ ਹੀ ਮਹਾਰਾਜ ਨੇ ਸਾਨੂੰ ਦਇਆ ਵੀ ਸਿਖਾਈ ਹੈ। ਭਾਵੇਂ ਕਿ ਸੋ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਸੁੱਚਾਨੰਦ ਵਰਗੇ ਕਹਿੰਦੇ ਸੱਪ ਦੇ ਬੱਚੇ ਨੇ, ਅਤੇ ਕਈ ਕਾਜੀ ਮੁਲਾਣੇ ਕਹਿੰਦੇ ਛੇਤੀ ਕਤਲ ਕਰ ਦਿਓ ਇਹਨਾਂ ਬੱਚਿਆਂ ਨੂੰ, ਤੜਫਾ ਤੜਫਾ ਕੇ ਤਸੀਹੇ ਦੇ ਦੇ ਕੇ, ਦਇਆ ਆਈ ਨਹੀਂ ਮਾਸੂਮ ਬੱਚਿਆਂ ਨੇ। 7 ਅਤੇ 9 ਸਾਲ ਦੀ ਕੀ ਉਮਰਾਂ ਹੈ, ਬੰਦਾ ਬੇਗਾਨੇ ਦੇ ਜਵਾਕ ਨੂੰ ਚੁੱਕ ਕੇ ਉਹਦੇ ਨਾਲ ਲਾਡ ਕਰਦਾ ਹੈ, ਬੱਚੇ ਨਾਲ ਇੰਨਾ ਪਿਆਰ ਹੁੰਦਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨਾਲ ਕਿਸੇ ਨੇ ਪਿਆਰ ਨਹੀਂ ਕੀਤਾ, ਸ਼ਮਕਾਂ ਦੇ ਨਾਲ ਕੁੱਟਿਆ, ਰੋੜਾਂ ਦੇ ਨਾਲ ਕੁੱਟਿਆ, ਨੀਆਂ ਵਿੱਚ ਚਿਣਿਆ, ਦਇਆ ਨਹੀਂ ਆਈ ਹੈ। ਪਰ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਦਇਆ ਰੂਪੀ ਬਗੀਚਾ ਰੱਖਣਾ ਆਪਣੇ ਕੋਲ, ਗੁਰੂ ਕਿਹਾ ਸਿੱਖਾ ਇਹ ਦਇਆ ਕਰਨੀ ਹੈ। ਔਰੰਗਜ਼ੇਬ ਦਾ ਪੁੱਤਰ ਹੈ ਬਹਾਦਰ ਸ਼ਾਹ, ਗੁਰੂ ਪਾਤਸ਼ਾਹ ਦੀ ਸ਼ਰਨ ਆਉਂਦਾ, ਦਇਆ ਹੀ ਕਰਦੇ ਪਏ, ਮਾਫ਼ੀ ਦਿੰਦੇ ਪਏ। ਨਹੀਂ ਤਾਂ ਵੈਰ ਪੈ ਜਾਵੇ ਤਾਂ ਗੁਰਮੁਖੋਂ ਪੁਸ਼ਤਾਂ ਤੱਕ ਚੱਲਦਾ, ਨਾ ਬਾਪ ਬਚਦਾ ਨਾ ਬੱਚੇ ਬਚਦੇ, ਸਭ ਨੂੰ ਅਗਲੇ ਕਤਲ ਕਰ ਦਿੰਦੇ ਵੀ ਇਹਨਾਂ ਨੇ ਸਾਡੇ ਨਾਲ ਇਹ ਕੀਤਾ। ਔਰੰਗਜ਼ੇਬ ਨੇ ਸਭ ਕੁਝ ਕੀਤਾ ਪਰ ਉਹਦੇ ਬੱਚੇ ਦੇ ਉੱਪਰ ਦਇਆ ਹੀ ਕੀਤੀ ਮਹਾਰਾਜ, ਸਗੋਂ ਰਾਜ ਭਾਗ ਹੀ ਦਿੱਤਾ। ਪਾਤਸ਼ਾਹ ਕਹਿੰਦੇ ਇਹ ਹੈ ਭਾਈ, ਜਿਹੜੇ ਨਾਮ ਜਪਦੇ ਉਹਨਾਂ ਦੇ ਕੋਲ ਦਇਆ ਰੂਪੀ ਬਗੀਚਾ ਹੈ। ਭਗਤ ਕਰੋ ਜਨ ਸਰਨ ਤੁਮਾਰੀ, ਮੈਂ ਜਨ ਕਹੀਏ ਦਾਸ ਹਾਂ, ਮਹਾਰਾਜ ਤੁਹਾਡੀ ਸ਼ਰਨ ਵਿੱਚ ਆਇਆ, ਕਿਰਪਾ ਕਰੋ ਆਪਣੀ ਭਗਤੀ ਦੇ ਦਿਓ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਇਹ ਮੇਰੇ 'ਤੇ ਕਿਰਪਾ ਕਰੋ ਪਾਤਸ਼ਾਹ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਸ਼ਰਨ ਵਿੱਚ ਆਇਆ ਜਾਣ ਕੇ ਆਪਣੀ ਭਗਤੀ ਦਿਓ ਤਾਂ ਕਿ ਤੁਹਾਡੇ ਨਾਮ ਨੂੰ ਜਪੀਏ, ਐਸੀ ਕਿਰਪਾ ਕਰੋ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਐਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਕਬੀਰ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਕਿਰਪਾ ਕਰੋ, ਕਿਰਪਾ ਇਹ ਕਰ ਦਿਓ ਕਿ ਮੈਂ ਆਪ ਜੀ ਦਾ ਦਾਸ ਹਾਂ ਅਤੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਭਗਤੀ ਦੀ ਦਾਤ ਦਿਓ, ਮਹਾਰਾਜ ਤੁਹਾਡੀ ਭਗਤੀ ਕਰੀਏ, ਨਾਮ ਦੀ ਖੈਰ ਪਾਉਣਾ ਕਰੋ। ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ, ਇਹ ਪਰਮੇਸ਼ੁਰ ਦਾ ਨਾਮ ਜਪਣਾ ਇਹ ਸਾਡੇ ਵਾਸਤੇ ਮਾਇਆ ਹੈ, ਧਨ ਹੈ, ਇਹ ਦੁਨਿਆਵੀ ਧਨ ਅਤੇ ਗੁਰਮੁਖੋ ਨਾ ਲੋਕ ਵਿੱਚ ਕੰਮ ਆਇਆ ਨਾ ਪਰਲੋਕ ਵਿੱਚ। ਬਾਣੀ ਦਾ ਬਚਨ ਇਹ ਹੈ, ਕਿਨਹੀ ਨਾ ਕੀਏ ਮਾਇਆ ਕਾਜ ਪੂਰੇ, ਬੰਦੇ ਕੋਲ ਜਿੰਨੀ ਮਰਜ਼ੀ ਮਾਇਆ ਹੋਵੇ ਅਤੇ ਡਾਕਟਰ ਕਹਿ ਦੇਣਾ ਵੀ ਇਹ ਬਿਮਾਰੀ ਲੱਗੀ ਹੈ, ਭਾਵੇਂ ਤੁਸੀਂ ਸਾਰੀ ਜ਼ਿੰਦਗੀ ਦੀ ਮਾਇਆ ਉਹਦੇ ਅੱਗੇ ਰੱਖ ਦਿਓ, ਕਹਿੰਦਾ ਬਚਾ ਨਹੀਂ ਸਕਦਾ, ਫਿਰ ਕੰਮ 'ਤੇ ਨਾ ਆਈ, ਇਸ ਲੋਕ ਵਿੱਚ ਵੀ ਬਚਾ ਨਹੀਂ ਸਕੀ ਹੈ, ਫਰੌਤੀਆਂ ਲੈਣ ਵਾਲੇ ਮਾਇਆ ਵੀ ਲੈ ਲੈਂਦੇ, ਬੰਦਾ ਵੀ ਮਾਰ ਦਿੰਦੇ, ਫਿਰ ਕੰਮ 'ਤੇ ਨਾ ਆਈ, ਅਤੇ ਪਰਲੋਕ ਦੇ ਵਿੱਚ ਤਾਂ ਆਉਣਾ ਹੀ ਨਹੀਂ ਇਹਨੇ ਕੰਮ, ਉੱਥੇ ਤਾਂ ਨਾਲ ਨਹੀਂ ਨਾ ਜਾਣੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਓ ਮੇਰੇ ਮਾਇਆ, ਪਰਮੇਸ਼ੁਰ ਦਾ ਨਾਮ ਜਪਣਾ ਇਹ ਹੈ ਸਾਡੇ ਵਾਸਤੇ ਧਨ, ਇੱਥੇ ਵੀ ਕੰਮ ਆਉਂਦਾ, ਰੱਬ ਦੇ ਪਿਆਰਿਆਂ ਦੇ ਬਚਨ ਇੱਥੇ ਵੀ ਪੂਰੇ ਹੁੰਦੇ, ਜਦੋਂ ਸਰੀਰ ਛੱਡ ਕੇ ਪਰਲੋਕ ਜਾਣਗੇ ਜੀ ਉੱਥੇ ਵੀ ਕੰਮ ਆਵੇਗਾ ਪਰਮੇਸ਼ੁਰ ਦਾ ਨਾਮ। ਕਹਿੰਦੇ ਇਹ ਨਾਮ ਹੀ ਮੇਰੇ ਵਾਸਤੇ ਮਾਇਆ ਕਹੀਏ ਧਨ ਦੌਲਤ ਹੈ, ਪਰਮੇਸ਼ੁਰ ਦਾ ਨਾਮ ਹੀ ਸਾਡੇ ਵਾਸਤੇ। ਮੇਰੇ ਪੂੰਜੀ ਅਤੇ ਗੁਰਮੁਖੋਂ ਪੂੰਜੀ ਉਹਨੂੰ ਕਿਹਾ ਜਾਂਦਾ ਹੈ ਜਿਹੜੀ ਮਾਇਆ ਅਸੀਂ ਇਕੱਠੀ ਕਰਕੇ ਰੱਖੀ ਹੋਵੇ, ਵੀ ਆਹ ਅਸੀਂ ਮਾਇਆ ਆਉਣ ਵਾਲੇ ਸਮੇਂ ਵਿੱਚ ਫਲਾਣਾ ਕੰਮ ਕਰਾਂਗੇ ਅਤੇ ਉਹਦੇ ਵਾਸਤੇ ਵਰਤਾਂਗੇ, ਉਹਨੂੰ ਕਿਹਾ ਜਾਂਦਾ ਹੈ ਪੂੰਜੀ, ਜੋੜ ਕੇ ਰੱਖੀ ਹੋਈ ਮਾਇਆ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਪਰਮਾਤਮਾ ਦਾ ਨਾਮ ਹੀ ਸਾਡੇ ਵਾਸਤੇ ਪੂੰਜੀ ਹੈ, ਜਮ੍ਹਾਂ ਕੀਤੀ ਹੋਈ ਮਾਇਆ, ਜਦੋਂ ਲੋੜ ਪਵੇਗੀ ਇਹਦੇ ਵਿੱਚੋਂ ਖਜ਼ਾਨੇ ਦੇ ਵਿੱਚੋਂ ਨਾਮ ਹੀ ਕੱਢ ਕੇ ਵਰਤ ਲੈਣਾ ਹੈ, ਇਹ ਨਾਮ ਰੂਪੀ ਪੂੰਜੀ ਅਸੀਂ ਆਪਣੇ ਕੋਲ ਰੱਖੀ ਹੋਈ ਹੈ। ਮੈਂ ਛੋੜ ਜਾਣੋ ਨਹੀਂ ਦੂਜੀ, ਅਕਾਲ ਪੁਰਖ ਮੈਂ ਤੈਨੂੰ ਛੱਡ ਕੇ ਦੂਜਾ ਕਿਸੇ ਨੂੰ ਜਾਣਦਾ ਹੀ ਨਹੀਂ। ਕਿਸੇ ਮਹਾਂਪੁਰਖ ਨੇ ਆਖਿਆ ਇੱਕ ਤੱਕਿਆ ਆਸਰਾ ਤੇਰਾ ਅਤੇ ਹੋਰ ਸਭੇ ਢਾਈਆਂ ਢੇਰੀ, ਮਹਾਰਾਜ ਤੁਮੇ ਛਾੜ ਤੁਹਾਨੂੰ ਛੱਡ ਕੇ
ਜਾਣੋ ਨਹੀਂ ਦੂਜੀ, ਦੂਜੇ ਕਿਸੇ ਨੂੰ ਜਾਣਿਆ ਹੀ ਨਹੀਂ ਵੀ ਦੂਜਾ ਵੀ ਹੈ ਕੋਈ ਦੁਨੀਆ 'ਤੇ ਸੰਸਾਰ 'ਤੇ, ਨਹੀਂ ਦੂਜਾ ਕੋਈ ਨਹੀਂ ਸਾਡੀ ਨਜ਼ਰ ਵਿੱਚ, ਸਾਡੀ ਨਜ਼ਰ ਵਿੱਚ ਤੁਸੀਂ ਹੋ ਕਿਉਂਕਿ ਸਾਰਿਆਂ ਥਾਵਾਂ 'ਤੇ ਤੁਸੀਂ ਸਮਾਏ ਹੋਏ, ਤੁਹਾਡੇ ਬਿਨਾਂ ਦੂਜਾ ਹੈ ਹੀ, ਦੂਜਾ ਹੈ ਹੀ ਕੋਈ ਨਹੀਂ ਹੈ, ਤੁਸੀਂ ਉਹ ਸਾਰਿਆਂ ਥਾਵਾਂ 'ਤੇ। ਮਹਾਰਾਜ ਕਹਿਣ ਲੱਗੇ ਤੁਮੇ ਛੋੜ ਆਪ ਜੀ ਨੂੰ ਛੱਡ ਕੇ, ਜਾਣੋ ਨਹੀਂ ਦੂਜੀ, ਦੂਜੀ ਕੋਈ ਜਗ੍ਹਾ ਅਸੀਂ ਜਾਣਦੇ ਹੀ ਨਹੀਂ, ਕੋਈ ਹੈ ਹੀ ਨਹੀਂ ਤੁਹਾਡੇ ਬਿਨਾਂ, ਸਾਡਾ ਸਭ ਕੁਝ ਤੁਸੀਂ ਹੋ। ਨਾ ਮੇਰੇ ਬੰਦਪ ਨਾ ਮੇਰੇ ਭਾਈ, ਕਿਸੇ ਨੇ ਆਖਿਆ ਕਬੀਰ ਸਾਹਿਬ ਆਪਣੇ ਆਂਢੀਆਂ ਗੁਆਂਢੀਆਂ ਨੂੰ ਭਰਾ ਬਣਾ ਕੇ ਰੱਖੀਦਾ ਹੁੰਦਾ, ਉਹਦੇ ਵਿੱਚ ਉਹਨਾਂ ਤੋਂ ਕੰਮ ਲਿਆ ਜਾ ਸਕਦਾ, ਔਖੀ ਵੇਲੇ ਕੰਮ ਆ ਜਾਣ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਨਾਉ ਮੇਰਾ ਬੰਦਪ, ਨਾਮ ਹੀ ਸਾਡਾ ਰਿਸ਼ਤੇਦਾਰ ਹੈ। ਆ ਦੁਨਿਆਵੀ ਰਿਸ਼ਤੇਦਾਰ ਤੇ ਗੁਰਮੁਖੋਂ ਲੋੜਦੇ ਨੇ, ਗਰਜਦੇ ਨੇ, ਜੇ ਗਰਜ ਪੈ ਗਈ, ਲੋੜ ਪੈ ਗਈ ਤੇ ਭਾਵੇਂ 100 ਮੀਲ ਦਾ ਵਲ ਵੀ ਪਾਉਣਾ ਪਵੇ ਤਾਂ ਵੀ ਤੁਹਾਡੇ ਦਰ 'ਤੇ ਆ ਕੇ ਚਾਹ ਪੀਣਗੇ, ਕਿਉਂਕਿ ਗਰਜ ਹੈ। ਅਤੇ ਜੇ ਗਰਜ ਨਿਕਲ ਗਈ ਤੇ ਫਿਰ ਭਾਵੇਂ ਘਰ ਦੇ ਦਰਵਾਜ਼ੇ ਦੇ ਸਾਹਮਣੇ ਵੀ ਨਿਕਲ ਜਾਣ, ਨਹੀਂ ਉਹ ਫਲਾਣੇ ਦਾ ਫੋਨ ਆ ਗਿਆ ਸੀ ਬੜਾ ਜ਼ਰੂਰੀ, ਮੈਨੂੰ ਤੇ ਤਾਂ ਆਉਣਾ ਪਿਆ, ਘਰੋਂ ਚੱਲਣ ਲੱਗਿਆਂ ਫੋਨ ਕਰ ਦੇਣਾ, ਅਸੀਂ ਸ਼ਹਿਰ ਆਉਂਦੇ ਪਏ ਹਾਂ, ਸਾਨੂੰ ਰਾਤ ਰਹਿਣਾ ਪੈ ਸਕਦਾ ਹੈ ਤੇ ਤੁਹਾਡੇ ਕੋਲ ਰਾਤ ਰਵਾਂਗੇ, ਠੀਕ ਹੈ ਜੀ ਆ ਜਾਓ। ਜਦੋਂ ਸ਼ਹਿਰ ਵਿੱਚ ਵੇਖਿਆ ਵੀ ਅੱਜ ਦੁਪਹਿਰੇ ਹੀ ਕੰਮ ਨਿਬੜ ਗਿਆ ਤੇ ਹੁਣ ਨਹੀਂ ਰਹਿਣ ਦੀ ਲੋੜ ਨਹੀਂ ਹੈ, ਫਿਰ ਘਰੇ ਹੀ ਚੱਲ ਜਾਣਾ ਸਿੱਧਾ, ਮਗਰੋਂ ਸਗੋਂ ਘਰ ਵਾਲਾ ਫੋਨ ਕਰਦਾ ਵੀ ਆਏ ਨਹੀਂ, ਉਹਨੀ ਸਾਡਾ ਉਹ ਕੰਮ ਹੋ ਗਿਆ ਸੀ, ਫਿਰ ਅਸੀਂ ਸੋਚਿਆ ਵੀ ਚਲੋ ਟਾਈਮ ਨਾਲ ਘਰ ਪਹੁੰਚੀਏ। ਇਹ ਹੈ ਬੰਦਪ, ਇਹ ਹੈ ਰਿਸ਼ਤੇਦਾਰੀ। ਜੇ ਤਾਂ ਕੰਮ ਪੈ ਗਿਆ ਤਾਂ ਤੁਹਾਨੂੰ ਯਾਦ ਅਗਲਾ ਕਰੇਗਾ ਵੀ ਅਸੀਂ ਆਉਂਦੇ ਪਏ ਹਾਂ, ਤਗੜੇ ਹੋ ਜਾਓ, ਅਤੇ ਜੇ ਕੰਮ ਨਿਕਲ ਗਿਆ ਤਾਂ ਫਿਰ ਦੱਸਣਾ ਵੀ ਨਹੀਂ ਵੀ ਅਸੀਂ ਚਲੇ ਗਏ। ਐਸੀ ਹਾਲਤ ਹੈ ਦੁਨੀਆ ਦੀ, ਇਹ ਦੁਨੀਆ ਗਰਜਦੀ ਹੈ, ਮਤਲਬ ਦੀ ਹੈ, ਤੁਹਾਡੇ ਕੋਲ ਕੁਝ ਹੈ ਤੇ ਫਿਰ ਤੇ ਦੂਰੋਂ ਵੀ ਭੱਜ ਕੇ ਆਵੇਗਾ, ਬਾਹਾਂ ਅੱਗੇ ਨੂੰ ਕਰਕੇ ਜੱਫਾ ਪਾਵੇਗਾ, ਤੇ ਜੇ ਕੰਮ ਨਿਕਲ ਗਿਆ ਤੇ ਫਿਰ ਤੁਹਾਨੂੰ ਵੇਖ ਕੇ ਪਰੇ ਨੂੰ ਮੂੰਹ ਕਰ ਲੈਣਾ, ਮੈਂ ਤੇ ਵੇਖਿਆ ਹੀ ਨਹੀਂ ਤੈਨੂੰ ਫਲਾਣਾ ਸੀ, ਉਹ ਤੂੰ ਵੀ ਆਉਂਦਾ ਪਿਆ। ਪਾਤਸ਼ਾਹ ਕਹਿਣ ਲੱਗੇ ਇਹ ਹੈ ਦੁਨਿਆਵੀ ਰਿਸ਼ਤੇਦਾਰੀ, ਇਹ ਹੈ ਦੁਨਿਆਵੀ, ਪਰ ਸਾਡੇ ਕੋਲ ਤੇ ਨਾਮ ਹੀ ਹੈ ਭਾਈ, ਸਾਡਾ ਰਿਸ਼ਤੇਦਾਰ ਜਿਹੜਾ ਹਰ ਵੇਲੇ ਸਾਡੇ ਨਾਲ ਹੈ, ਨਾਮ ਨੂੰ ਹੀ ਰਿਸ਼ਤੇਦਾਰ ਬਣਾਇਆ ਹੈ। ਭਾਈ ਤੋਂ ਭਾਵ ਹੁੰਦਾ ਭਰਾ, ਸਕੇ ਭਰਾ। ਕਬੀਰ ਸਾਹਿਬ ਜੀ ਕਹਿੰਦੇ ਸਕੇ ਭਰਾਵਾਂ ਦੀ ਵੀ ਲੋੜ ਨਹੀਂ, ਭਰਾ ਵੀ ਬਾਅਦ ਵਿੱਚ ਸ਼ਰੀਕ ਬਣ ਜਾਂਦਾ, ਪਹਿਲਾਂ ਹੀ ਭਰਾ ਭਰਾ ਹੈ, ਬਾਅਦ ਵਿੱਚ ਜਿਵੇਂ ਜਿਵੇਂ ਪਰਿਵਾਰ ਵੱਡਾ ਹੁੰਦਾ ਜਾਂਦਾ ਨਾ, ਫਿਰ ਬੰਦਾ ਆਪਣਿਆਂ ਬਾਰੇ ਸੋਚਦਾ, ਧੀਆਂ ਪੁੱਤਰਾਂ ਬਾਰੇ, ਭਰਾ ਦੀ ਤਾਂ ਅਗਲੇ ਵੱਟ ਵੱਟ ਲੈਂਦੇ ਵੀ ਇੱਧਰ ਨੂੰ 2 ਟੱਪੇ ਮਾਰੋ ਹੋਰ ਖਿੱਚ ਕੇ, ਇਹਨੂੰ ਪਰੇ ਗੁੱਠੇ ਲਾ ਦੇ, ਜ਼ਮੀਨ ਜਾਇਦਾਦ ਵੰਡਣੀ ਇਹਨੂੰ ਦੇ ਦਿਓ ਉੱਚਾ ਜਿਹਾ ਖੇਤ ਰੇਤਾ ਵਾਲਾ, ਆਪ ਕਹਿੰਦੇ ਚੰਗਾ ਮੈਂ ਰੱਖ ਲਵਾਂ, ਹੈ ਦੋਨੇ ਹੀ ਭਰਾ ਨੇ, ਇੱਕੇ ਮਾਂ ਬਾਪ ਦੇ ਜਾਏ, ਪਰ ਲਾਲਚ ਦੋਨਾਂ ਨੂੰ ਪੈ ਗਿਆ, ਚੰਗੀ ਚੀਜ਼ ਮੈਂ ਰੱਖਾਂ ਅਤੇ ਮਾੜੀ ਦੂਜੇ ਨੁੱਕਰ, ਗਰੀਬ ਨੂੰ ਵਿਚਾਰੇ ਨੁੱਕਰੇ ਲਾ ਦਿੰਦੇ। ਕਹਿਣ ਲੱਗੇ ਵੀ ਦੁਨੀਆ ਦੀ ਰਿਸ਼ਤੇਦਾਰੀ ਇਹ ਭਰਾਵਾਂ ਭਰਾਵਾਂ ਦੀ ਸ਼ਰੀਕੇਬਾਜ਼ੀ ਹੈ, ਇੱਕ ਸਮਾਂ ਆਉਂਦਾ ਫਿਰ ਇੱਕ ਦੂਜੇ ਨੂੰ ਵੇਖਣਾ ਵੀ ਨਹੀਂ ਚਾਹੁੰਦੇ ਵੀ ਤੂੰ ਕੌਣ ਹੈ, ਮੱਥੇ ਨਾ ਲੱਗੇ, ਪਰ ਕਹਿੰਦੇ ਨਾਮ ਹੀ ਸਾਡਾ ਭਰਾ, ਨਾਮ ਨੂੰ ਹੀ ਭਰਾ ਬਣਾਇਆ, ਸਾਡੀ ਸ਼ਰੀਕੇਦਾਰੀ ਹੈ ਹੀ ਨਹੀਂ ਕਿਸੇ ਨਾਲ, ਨਾਮ ਹੀ ਭਰਾ ਹੈ, ਕਿਉਂਕਿ ਜਿੱਥੇ ਭਰਾ ਨੇ ਨਹੀਂ ਖੜਨਾ ਉੱਥੇ ਨਾਮ ਨੇ ਖੜ ਜਾਣਾ, ਭਰਾ 'ਚ ਹੋ ਸਕਦਾ ਕਿਤੇ ਧੋਖਾ ਦੇ ਜਾਵੇ, ਸਗੋਂ ਮੁਸੀਬਤ ਵਿੱਚ ਫਸਾ ਦੇਵੇ, ਪਰ ਨਾਮ ਜਿਹੜਾ ਉਹ ਮੁਸੀਬਤ ਵਿੱਚੋਂ ਕੱਢ ਲੈਂਦਾ ਹੈ। ਅਸੀਂ ਨਾਮ ਨੂੰ ਹੀ, ਵਾਹਿਗੁਰੂ ਨੂੰ ਹੀ ਆਪਣਾ ਭਰਾ ਬਣਾ ਲਿਆ, ਉਹਦੇ ਬਿਨਾਂ ਸਾਨੂੰ ਕਿਸੇ ਦੂਜੇ ਦੀ ਲੋੜ ਨਹੀਂ ਹੈ। ਇਹ ਜਿਹੜਾ ਨਾਮ ਹੈ ਨਾ ਗੁਰਮੁਖੋ, ਇਹ ਅੰਤ ਵੇਲੇ ਸਹਾਇਤਾ ਕਰੇਗਾ। ਕਈਆਂ ਥਾਵਾਂ 'ਤੇ ਸਾਡਾ ਕੋਈ ਚੰਗਾ ਰਿਸ਼ਤੇਦਾਰ, ਸਾਰੇ ਮਾੜੇ ਨਹੀਂ ਹੁੰਦੇ, ਇਹ ਸਾਰੇ ਨਾ ਸਮਝ ਲਓ ਵੀ ਸਾਰੇ ਰਿਸ਼ਤੇਦਾਰ ਭੈੜੇ ਨੇ ਜਾਂ ਸਾਰੇ ਭਰਾ ਮਾੜੇ ਹੁੰਦੇ, ਕਈਆਂ ਥਾਵਾਂ 'ਤੇ ਭਰਾ ਬੜੇ ਚੰਗੇ ਹੁੰਦੇ,
ਉਹ ਆਪਣੇ ਭਰਾ ਦੇ ਪਸੀਨੇ ਦੀ ਥਾਂ 'ਤੇ ਖੂਨ ਵੀ ਡੋਲ ਦਿੰਦੇ ਵੀ ਫਿਕਰ ਨਾ ਕਰ, ਅਸੀਂ ਤੇਰੇ ਮਗਰ ਖਲੋਤੇ ਹਾਂ। ਕਈ ਰਿਸ਼ਤੇਦਾਰ ਵੀ ਬੜੇ ਚੰਗੇ ਹੁੰਦੇ, ਬੜੇ ਮਦਦਗਾਰ ਵੀ ਹੁੰਦੇ, ਪਰ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਰਿਸ਼ਤੇਦਾਰ ਭਰਾ ਤਾਂ ਚਲੋ ਇੱਥੇ ਹੀ ਮਦਦ ਕਰਨਗੇ ਨਾ ਜਿੰਨੇ ਕੁ ਜੋਗੇ ਹੋਏ, ਪਰ ਲੋਕ ਦੇ ਵਿੱਚ ਇਹਨਾਂ ਦੀ ਪਹੁੰਚ ਵੀ ਨਹੀਂ ਪੈਣੀ, ਉੱਥੋਂ ਤੱਕ ਤਾਂ ਕਰ ਹੀ ਕੁਝ ਨਹੀਂ ਸਕਦੇ। ਪਰ ਪਾਤਸ਼ਾਹ ਕਹਿੰਦੇ ਬਚਨ ਇਹ ਹੈ ਪਰਮਾਤਮਾ ਦਾ ਨਾਮ ਇੱਥੇ ਵੀ ਸਹਾਇਤਾ ਕਰਦਾ ਹੈ, ਜਦੋਂ ਦੁਨੀਆ ਛੱਡ ਕੇ ਜਾਵੇਂਗਾ ਪਰਲੋਕ ਨੂੰ ਉੱਥੇ ਵੀ ਇਹਨੇ ਸਹਾਇਤਾ ਕਰਨੀ, ਨਾਮ ਦੀ ਪਹੁੰਚ ਉੱਥੇ ਵੀ ਹੈ, ਉੱਥੇ ਵੀ ਨਾਮ ਪਹੁੰਚਦਾ ਹੈ। ਇਸ ਕਰਕੇ ਭਾਈ ਇਹ ਪਰਮਾਤਮਾ ਦਾ ਨਾਮ ਸਦਾ ਹੀ ਸਹਾਇਤਾ ਕਰਦਾ ਹੈ। ਦੁਨਿਆਵੀ ਰਿਸ਼ਤੇ 'ਤੇ ਕਿਸੇ ਨੂੰ ਖੂਨ ਦੀ ਬੋਤਲ ਦੀ ਲੋੜ ਪੈ ਜਾਂਦਾ, ਕਿਤੇ ਹਸਪਤਾਲ ਪਿਆ ਹੋਇਆ ਤੂੰ ਆਖੇ ਵੀ ਖੂਨ ਚਾਹੀਦਾ ਤਾਂ ਫਲਾਣੇ ਰਿਸ਼ਤੇਦਾਰ ਨੂੰ ਫੋਨ ਕਰੋ ਜਾਂ ਫਲਾਣੇ ਭਰਾ ਨੂੰ ਫੋਨ ਕਰੋ, ਅਤੇ ਅੱਗੋਂ ਜਵਾਬ ਆਉਂਦਾ ਮੈਨੂੰ ਤਾਂ ਫਲਾਣੀ ਬਿਮਾਰੀ ਲੱਗੀ, ਡਾਕਟਰਾਂ ਨੇ ਆਖਿਆ 10 ਸਾਲ ਤੂੰ ਨਾ ਖੂਨ ਕਢਾਈ, ਮੈਂ ਨਹੀਂ ਕਢਾ ਸਕਦਾ, ਮੈਨੂੰ ਤਾਂ ਬਿਮਾਰੀ ਲੱਗ ਗਈ, ਤੂੰ ਵੀ ਮੇਰੇ ਨਾਲ ਹੀ ਇਸ ਤਰ੍ਹਾਂ ਮਰ ਜਾਵੇਂ, ਬਹਾਨਾ ਕੋਈ ਨਾ ਕੋਈ ਮਾਰ ਕੇ ਪਾਸੇ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਨਾਮ ਹੈ ਜਿਹੜਾ ਸਾਰੇ ਥਾਵਾਂ 'ਤੇ ਸਹਾਇਤਾ ਕਰਦਾ। ਗੁਰੂ ਅਰਜਨ ਦੇ ਪਾਤਸ਼ਾਹ ਨੇ ਬਚਨ ਲਿਖਿਆ ਹੈ, ਪਾਤਸ਼ਾਹ ਕਹਿਣ ਲੱਗੇ ਨਾਮ ਹਮਾਰੇ ਵੇਦ ਅਰ ਨਾਦ, ਨਾਮ ਹੀ ਵੇਦ ਹੈ ਅਤੇ ਨਾਮ ਹੀ ਸਾਡੇ ਵਾਸਤੇ ਨਾਦ ਧੁਨ ਹੈ, ਨਾਮ ਹਮਾਰੇ ਪੂਰੇ ਕਾਜ, ਨਾਮ ਹੀ ਸਾਡੇ ਸਾਰੇ ਕੰਮ ਪੂਰੇ ਕਰਦਾ, ਨਾਮ ਹਮਾਰੇ ਪੂਜਾ ਦੇਵ, ਨਾਮ ਹੀ ਸਾਡਾ ਦੇਵਤਾ ਹੈ ਜਿਹਦੀ ਅਸੀਂ ਪੂਜਾ ਕਰਦੇ ਪਏ, ਨਾਮ ਹਮਾਰੇ ਗੁਰ ਕੀ ਸੇਵ, ਗੁਰੂ ਦੀ ਸੇਵਾ ਕੀ ਹੈ ਨਾਮ ਜਪਣਾ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ, ਗੁਰੂ ਦੀ ਸੇਵਾ ਕਰਨੀ ਚਾਹੁੰਦਾ ਜਪਜੀ ਸਾਹਿਬ ਦਾ ਬੈਠ ਕੇ ਪਾਠ ਕਰ, ਗੁਰੂ ਦੀ ਸੇਵਾ ਹੋ ਗਈ ਹੈ, ਸੁਖਮਨੀ ਸਾਹਿਬ ਦਾ ਪਾਠ ਕਰੇਂਗੇ ਗੁਰੂ ਦੀ ਸੇਵਾ ਹੈ। ਪਾਤਸ਼ਾਹ ਕਹਿਣ ਲੱਗੇ ਨਾਮ ਹਮਾਰੇ ਮੱਜਣ ਇਸਨਾਨ, ਦੁਨੀਆਂ ਦੇ ਲੋਕ ਤੀਰਥਾਂ 'ਤੇ ਜਾ ਕੇ ਟੁੱਬੀਆਂ ਲਾਉਂਦੇ ਪਏ, ਗੁਰੂ ਕਿਆ ਸਿੱਖਾ ਬਾਣੀ ਪੜ੍ਹਿਆ ਕਰ, ਘਰ ਵਿੱਚ ਬੈਠਿਆਂ ਹੀ ਇਸ਼ਨਾਨ ਹੋ ਜਾਂਦਾ ਹੈ, ਨਾਮ ਹਮਾਰੇ ਪੂਰਨ ਦਾਨ, ਜੇ ਤੇਰੀ ਜੇਬ ਵਿੱਚ ਪੈਸਾ ਨਹੀਂ ਤਾਂ ਦਾਨ ਨਹੀਂ ਕਰ ਸਕਦਾ, ਕਿਸੇ ਨੂੰ ਕੋਲ ਬਿਠਾ ਕੇ ਜਪਜੀ ਸਾਹਿਬ ਦਾ ਪਾਠ ਸੁਣਾ ਦੇ ਇਹ ਤੂੰ ਪਾਠ ਹੀ ਦਾਨ ਕਰ ਦਿੱਤਾ, ਇਹਦੇ ਵਰਗਾ ਦਾਨ ਹੀ ਕੋਈ ਨਹੀਂ। ਇਹ ਗੁਰੂ ਕੇ ਸਿੱਖ ਨੇ ਆਖਿਆ ਸੀ ਨਾ, ਸ਼ਾਹੂਕਾਰ ਨੇ ਆਖਿਆ ਮੈਂ ਬਿਮਾਰ ਹੋ ਗਿਆ ਮੇਰੇ ਤੋਂ ਪੰਡ ਨਹੀਂ ਚੁੱਕੀ ਜਾਂਦੀ, ਸਿੱਖ ਕਹਿੰਦਾ ਪੰਡ ਤਾਂ ਤੇਰੀ ਮੈਂ ਚੁੱਕ ਲੈਂਦਾ ਪਰ ਤੈਨੂੰ ਮੇਰੀ ਸ਼ਰਤ ਮੰਨਣੀ ਪਵੇਗੀ। ਸ਼ਾਹੂਕਾਰ ਕਹਿੰਦਾ ਸ਼ਰਤ ਕੀ ਹੈ? ਕਹਿੰਦਾ ਸ਼ਰਤ ਇਹ ਹੈ ਮੈਂ ਪੰਡ ਚੁੱਕ ਕੇ ਤੁਰਾਂਗਾ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਂਗਾ, ਤੈਨੂੰ ਸੁਣਨਾ ਪੈਣਾ, ਰਾਹ ਵਿੱਚ ਗੱਲਾਂ ਨਾ ਕਰੀ ਮੇਰੇ ਨਾਲ। ਸ਼ਾਹੂਕਾਰ ਕਹਿੰਦਾ ਠੀਕ ਹੈ, ਨਾਲੇ ਤਾਂ ਉਹਦਾ ਭਾਰ ਚੁੱਕਿਆ ਨਾਲੇ ਸੁਖਮਨੀ ਸਾਹਿਬ ਦਾ ਪਾਠ ਸੁਣਾ, ਦੋ ਭਲੇ ਕਰ ਦਿੱਤੇ, ਇੱਕ ਤਾਂ ਭਲਾ ਉਹਦੀ ਮਦਦ ਕੀਤੀ, ਇੱਕ ਉਹਦਾ ਪ੍ਰਲੋਕ ਸਵਾਰਿਆ। ਜਦੋਂ ਘਰ ਜਾ ਕੇ ਪੰਡ ਰੱਖੀ ਨਾ ਤਾਂ ਸ਼ਾਹੂਕਾਰ ਕਹਿੰਦਾ ਜੀ ਲੈ ਲਓ ਕੋਈ ਮਾਇਆ ਧੇਲਾ ਕੋਈ ਆਪਣਾ ਮਜ਼ਦੂਰੀ, ਉਹ ਕਹਿਣ ਲੱਗਾ ਨਹੀਂ ਮੈਨੂੰ ਨਹੀਂ ਇਹ ਕੋਈ ਚਾਹੀਦਾ, ਪਰ ਤੇਰਾ ਭਲਾ ਮੈਂ ਕਰ ਦਿੱਤਾ, ਜਦੋਂ ਹੁਣ ਤੂੰ ਮਰ ਕੇ ਧਰਮਰਾਜ ਦੇ ਕੋਲ ਜਾਵੇਂਗਾ ਉਹ ਤੈਨੂੰ ਪੁੱਛਣਗੇ ਵੀ ਸਾਰੀ ਉਮਰ ਦੇ ਪਾਪ ਦਾ ਪਹਿਲਾਂ ਤੈਨੂੰ ਸਜ਼ਾ ਦੇਈਏ ਕਿ ਬਾਣੀ ਪੜ੍ਹੇ ਦਾ ਫਲ ਦੇਈਏ, ਬਾਣੀ ਪੜ੍ਹੇ ਦਾ ਪਹਿਲਾਂ ਫਲ ਮੰਗ ਲਵੇ। ਕਹਿਣ ਲੱਗਾ ਠੀਕ ਹੈ। ਜਦੋਂ ਸ਼ਾਹੂਕਾਰ ਮਰਿਆ ਅਤੇ ਪ੍ਰਲੋਕ ਦੇ ਵਿੱਚ ਜਦੋਂ ਹਿਸਾਬ ਕਿਤਾਬ ਹੋਇਆ ਕਹਿੰਦੇ ਜੀ ਇੱਕੋ ਹੀ ਪਾਠ ਸੁਣਿਆ ਇਹਨੇ ਸੁਖਮਨੀ ਸਾਹਿਬ ਦਾ, ਬਾਕੀ ਦੇ ਇਹਨੇ ਪਾਪ ਹੀ ਕੀਤੇ। ਧਰਮਰਾਜਾ ਕਹਿੰਦਾ ਵੀ ਹਾਂ ਭਾਈ ਦੱਸ, ਪਹਿਲਾਂ ਬਾਣੀ ਦਾ ਫਲ ਦੇਈਏ ਕਿ ਪਹਿਲਾਂ ਨਰਕਾਂ 'ਚ ਸੁੱਟੀਏ? ਕਹਿੰਦਾ ਮਹਾਰਾਜ ਨਰਕਾਂ 'ਚ ਪੈਣਾ ਹੀ ਹੈ ਅਤੇ ਪਹਿਲਾਂ ਸੋਹੀ ਨਾ ਲੈ ਲਈਏ, ਜਿਹੜਾ ਪਾਠ ਦਾ ਮਿਲਿਆ ਸੁੱਖ ਦੇ ਦਿਓ ਪਹਿਲਾਂ, ਪਹਿਲਾਂ ਸਵਰਗ ਦਿਓ ਜਾਂ ਸੱਚਖੰਡ ਦੇ ਦਿਓ ਫਿਰ ਮੈਨੂੰ ਨਰਕਾਂ 'ਚ ਸੁੱਟਿਓ। ਕਹਿਣ ਲੱਗੇ ਚਲੋ ਠੀਕ ਹੈ। ਜਦੋਂ ਸੰਗਤ ਵਿੱਚ ਲੈ ਗਿਆ ਸੱਚਖੰਡ ਦੇ ਵਿੱਚ, ਉਹ ਜਿਹੜੇ ਸਿੰਘ ਨੇ ਪਾਠ ਸੁਣਾਇਆ ਸੀ ਨਾ ਉਹ ਵੀ ਉੱਥੇ ਹੀ ਬੈਠਾ, ਸਰੀਰ ਛੱਡ ਕੇ ਉੱਥੇ ਪਹੁੰਚ ਗਿਆ, ਵੀ ਉਹਦੇ ਕੋਲ ਜਾ ਕੇ ਪਛਾਣ ਕੋਲ ਬੈਠ ਗਿਆ। ਬਾਹਰੋਂ ਜਮਦੂਤ ਇਹਨੂੰ ਘੂਰੀਆਂ ਪਾਉਣ, ਡੰਡਾ ਸੋਟਾ ਪਾਉਣ ਵੀ ਛੇਤੀ ਬਾਹਰ ਆ, ਤੇਰਾ ਟਾਈਮ ਹੋ ਗਿਆ ਜੀ, ਹੁਣ ਤੈਨੂੰ ਲੰਮੇ ਵੀ ਪਾਉਣਾ ਸੀ। ਇਹ ਡਰਦਾ ਸਿੱਖ ਨੂੰ ਕਹਿੰਦਾ ਵੀ ਹੁਣ ਕੀ ਕਰਾਂ? ਕਹਿੰਦਾ ਇੱਥੇ ਹੀ ਬੈਠਾ ਰਹੋ, ਇਹਨਾਂ ਨੇ ਅੰਦਰ ਨਹੀਂ ਆ ਸਕਣਾ ਅਤੇ ਤੈਨੂੰ ਇਹਨਾਂ ਨੇ ਲੈ ਕੇ ਨਹੀਂ ਜਾ ਸਕਣਾ।
ਇਹ ਤੈਨੂੰ ਪਾਠ ਦਾ ਫਲ ਹੀ ਮਿਲਿਆ ਵੀ ਆਨੰਦ ਲੈ ਹੁਣ ਸਾਰੀ ਉਮਰ ਦਾ। ਮਹਾਰਾਜ ਕਹਿੰਦੇ ਇਹ ਹੈ ਨਾਮ ਦਾ ਦਾਨ। ਜੇ ਤੇਰੇ ਕੋਲ ਰੁਪਈਆ ਨਹੀਂ ਨਾ ਹੈਗਾ ਦਾਨ ਕਰਨ ਨੂੰ, ਗੁਰਬਾਣੀ ਆਪ ਪੜ੍ਹਿਆ ਕਰ ਅਤੇ ਦੂਜਿਆਂ ਨੂੰ ਸੁਣਾਇਆ ਕਰ, ਇਹ ਦਾਨ ਹੈ। ਇਹ ਦਾਨ ਫਿਰ ਐਸਾ ਹੈ ਜਿਹੜਾ ਭਲਾ ਕਰ ਦਿੰਦਾ। ਨਾਮ ਹਮਾਰੇ ਪੂਰਨ ਦਾਨ, ਇਹ ਹੈ ਦਾਨ ਕਰਨਾ, ਪਾਤਸ਼ਾਹ ਬਖਸ਼ਦੇ ਹਨ। ਮਾਇਆ ਮੈਂ ਜਿਸ ਰੱਖਿਆ ਉਦਾਸ, ਗੁਰਮੁਖੋ ਮਾਇਆ ਵਿੱਚ ਉਦਾਸ ਰਹਿਣਾ ਬੜਾ ਔਖਾ। ਉਦਾਸ ਤੋਂ ਭਾਵ ਇਹ ਨਹੀਂ ਹੈ ਵੀ ਚਿਹਰਾ ਉਤਰ ਗਿਆ ਅਤੇ ਰੋਂਦੇ ਰਹਿਣਾ, ਹਾਏ ਹਾਏ ਕਰਦੇ ਰਹਿਣਾ, ਇਹ ਉਦਾਸ ਹੋਣਾ ਨਹੀਂ ਹੈ। ਉਦਾਸ ਹੋਣ ਤੋਂ ਭਾਵ ਇਹ ਹੁੰਦਾ ਵੀ ਮਾਇਆ ਕੋਲ ਹੁੰਦਿਆਂ ਉਹਦੇ ਵਿੱਚ ਮੋਹ 'ਚ ਨਹੀਂ ਪੈਣਾ ਵੀ ਇਹ ਮੈਂ ਕਿਸੇ ਨੂੰ ਨਹੀਂ ਦੇਣੀ ਹੈ। ਮਾਇਆ ਤੋਂ ਉਪਰਾਮ ਰਹਿਣਾ, ਪਦਾਰਥਾਂ ਵਿੱਚ ਰਹਿੰਦਿਆਂ ਰੱਬ ਦੇ ਨਾਲ ਜੁੜੇ ਰਹਿਣਾ, ਇਹ ਹੈ ਉਦਾਸ ਹੋਣਾ। ਮਾਇਆ ਨੂੰ ਵਰਤਣਾ ਜ਼ਰੂਰ ਹੈ, ਜਿਹੜਾ ਕੱਪੜਾ ਲਿਆਓ ਗਲ ਵਿੱਚ ਪਾਓ, ਪ੍ਰਸ਼ਾਦਾ ਪਾਣੀ ਛਕੋ, ਘਰ ਬਾਰ ਬਣਾਓ, ਵਰਤੋ ਜ਼ਰੂਰ ਮਾਇਆ, ਪਰ ਮਾਇਆ ਦੇ ਮੋਹ ਵਿੱਚ ਨਹੀਂ ਪੈ ਜਾਣਾ ਵੀ ਬਸ ਇਹਦੇ ਵਿੱਚ ਹੀ ਲੱਗ ਜਾਣਾ, ਰੱਬ ਨੂੰ ਭੁੱਲ ਜਾਣਾ। ਮਾਇਆ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ, ਰਿਸ਼ਤੇਦਾਰੀ ਵਿੱਚ ਵਿਚਰਦਿਆਂ ਧਿਆਨ ਪਰਮੇਸ਼ਰ ਵੱਲ ਹੀ ਹੋਵੇ, ਇਹ ਹੈ ਉਦਾਸ, ਇਹ ਹੈ ਮਾਇਆ ਵੱਲੋਂ ਉਪਰਾਮ ਹੋਣਾ। ਮਾਇਆ ਵਿੱਚ ਰਹਿੰਦਿਆਂ ਵੀ ਮਾਇਆ ਵਿੱਚ ਖਚਤ ਨਾ ਹੋਣਾ। ਅਤੇ ਗੁਰਮੁਖੋ ਅੱਜ ਕੱਲ੍ਹ ਤਾਂ ਭਾਵੇਂ ਲੋਨ ਲੈ ਲਈਏ ਤਾਂ ਦੁਨੀਆ ਦੀ ਧੌਣ 'ਤੇ ਗੇਠ ਉੱਚੀ ਹੋ ਜਾਂਦੀ ਹੈ। ਬਗਾਨਾ ਧਨ ਹੈ, ਲੋਨ 'ਤੇ ਬਗਾਨਾ ਧਾਨੀਆਂ ਨੇ ਮੋੜਨਾ ਵੀ ਪੈਣਾ, ਅਤੇ ਧੌਣ ਗੇਠ ਉੱਚੀ ਹੋ ਗਈ ਹੈ ਵੀ ਮੇਰੇ ਵਰਗਾ ਹੁਣ ਕੋਈ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਤੂੰ ਤਾਂ ਮੰਗਵੀ ਲੈ ਕੇ ਹੰਕਾਰ ਕਰੀ ਬੈਠਾ ਹੈ, ਜਿਨ੍ਹਾਂ ਦੇ ਕੋਲ ਆਪਣੀ ਹੈ ਉਹਨਾਂ ਦੇ ਕੀ ਹਾਲ ਹੋਵੇ। ਇਸ ਕਰਕੇ ਸਭ ਕੁਝ ਕੋਲ ਹੁੰਦਿਆਂ ਉਦਾਸ ਉਪਰਾਮ ਰਹਿਣਾ, ਨਿਮਰਤਾ ਵਿੱਚ ਰਹਿਣਾ, ਕਦੇ ਮਾਨ ਨਹੀਂ ਕਰਨਾ ਹੈ। ਕਹਿ ਕਬੀਰ ਹਉ ਤਾਂ ਕੋ ਦਾਸ, ਕਬੀਰ ਸਾਹਿਬ ਜੀ ਕਹਿੰਦੇ ਭਾਈ ਮੈਂ ਤੇ ਦਾਸ ਉਹਦਾ ਸੇਵਕ ਹਾਂ ਜਿਹੜਾ ਪਦਾਰਥਾਂ ਵਿੱਚ ਰਹਿੰਦਿਆਂ ਵੀ ਪਰਮੇਸ਼ਰ ਦੇ ਨਾਲ ਜੁੜਿਆ ਹੈ, ਅਸੀਂ ਤੇ ਉਹਦੇ ਦਾਸ ਹਾਂ, ਸੇਵਕ ਹਾਂ। ਮਹਾਰਾਜ ਨੇ ਤਾਂ ਹੀ ਸਾਨੂੰ ਇਹ ਬਚਨ ਸਮਝਾਇਆ ਹੈ, ਭਾਈ ਨਾਮ ਜਪਣ ਵਾਲਿਆਂ ਦੇ ਦਾਸ ਬਣ ਕੇ ਰਹਿ, ਸੇਵਕ ਬਣ ਕੇ ਰਵੇਂਗਾ ਤੇ ਤੇਰਾ ਭਲਾ ਹੋਵੇਗਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਬਚਨ ਗੁਰੂ ਸਾਹਿਬ ਦਾ, ਭੁੱਲਾਂ ਦਾਸ ਦੀਆਂ ਮਾਫ ਕਰਨੀਆਂ, ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਮਾਇਆ ਮੈਂ ਜਿਸ ਰੱਖੈ ਉਦਾਸ, ਕਹਿ ਕਬੀਰ ਹਉ ਤਾਂ ਕੋ ਦਾਸ। ਵਾਹਿਗੁਰੂ ਜੀ ਕਾ ਵਾਹਿਗੁਰੂ। ਸਾਧ ਸੰਗਤ ਜੀ।